ਦਾ ਅਸਾਂ ਸੁਣਿਆ ਦੂਰ ਦਰਾ ਦੇ ਬਲੀਆਂ ਦਾ ਸੁਲਤਾਨ ਸਦਾ ਵੇ ਨਬੀ ਪਾਕ ਦਾ ਮਹਿਰਮ ਰਾਦੇ ਆਜ਼ਮ ਦਾਤਾ ਲਜਪਾਲੇ ਸਾਡਾ ਜਿਹਦਾ ਨਾਮ ਆ
ਮਿਸਰ ਨਹੀਂ ਸੁਖ ਦਾਤੇ ਵਿਸਰ ਨਹੀਂ ਸੁਖ ਦਾਤੇ ਇਹ ਅਰਦਾਸ ਹਮਾਰੀ ਸਵਾਮੀ ਵਿਸਰ ਨਹੀਂ ਸੁਖ ਦਾਤੇ ਵਿਸਰ ਤੇਰੀ ਪਾਤੇ ਅਵਰ ਨਾ ਤੇਰੀ ਪਾਤੇ ਵਿਸਰ ਨਹੀਂ ਸੁਖ ਦਾਤੇ ਵਿਸਰ ਨਹੀਂ ਸੁਖ ਦਾਤੇ ਇਹ ਅਰਦਾਸ ਵਿਸਰ ਨਹੀਂ ਸੁਖ ਦਾਤੇ ਵਿਸਰ ਨਹੀਂ ਸੁਖ ਦਾਤੇ ਤੇਰਾ ਵਿਸਰ ਨਹੀਂ ਸੁਖ
ਵਿਸਰ ਨਹੀਂ ਸੁਖ ਦਾਤੀ
ਸੀ ਮੜਾ ਚੱਪ ਸੁਣੀ ਅੱਲਾ ਦੇ ਨਾਮ ਨਬੀ ਦੇ ਨਾਮ ਨਬੀ ਨਾਮ ਰਸੂਲ ਦੇ ਜੀ ਸਈਦਾ ਜੀ ਸਈਦਾ
ਪਰਵਾਸਾ ਤੇਰੀ ਜਦ ਦਾ ਜੀ ਸਹੀ ਦਾ ਜੀ ਸਹੀ ਦਾ ਪੀਰਾ ਤੇਰਾ ਰੋਜਾ ਸੋਹਣਾ ਬਣਿਆ ਹੀਰੇ ਲਾਲ ਜਵਾਰੀ ਹੀ ਰੋਜਾ ਜੜਿਆ ਤਾਂ ਮੈਂ ਪੱਲਾ ਤੇਰਾ ਫੜਿਆ ਜੀ ਸਹੀ ਦਾ ਜੀ ਸਹੀ ਦਾ ਪੈਰੋਂ ਜੱਤੀ ਤੇਰੀ ਛਿੱਟੀ ਫਿਰੀ ਸੰਸਾਰੇ ਚੁੱਕ ਲੱਥੀਆਂ ਕੂਟਾਂ ਚਾਰੇ ਤੇਰੇ ਬਜਰ ਟਲ ਤੇ ਕਢਿਆਲੇ ਤੇ ਅੱਜ ਹੀ ਮੌਜਾਂ ਮਾਣੀਆਂ ਜੀ ਸਹੀ ਦਾ ਜੀ ਸਹੀ ਦਾ ਚਿੱਟੀਏ ਦਾੜੀਏ ਮੇਰੇ ਪੀਰ ਦੀਏ ਪੱਗੇ ਅਰਜਾ ਕਰਾਂ ਮੈਂ ਪੀਰਾਂ ਦੇ ਅੱਗੇ ਜੇ ਆਪਣੇ ਜਾਂਦੀਆਂ ਵੇਲਾਂ ਨੂੰ ਪੜਨ ਲੱਗੇ ਜੀ ਸਹੀ ਦਾ ਜੀ ਸਹੀ ਦਾ ਸੁਬਾ ਸ਼ਾਮ ਦੀਆਂ ਮਿਲਕ ਲਿਆਨਾ ਤੇਰਾ ਜੀਬੇ ਮੀਆਂ ਰਾਣਾ ਜਿਹਦੀਆਂ ਕਰ ਕਰ ਮਿਲ ਵਧਾਈਆਂ ਜੀ ਸਹੀ ਦਾ ਜੀ ਸਹੀ ਦਾ ਪੀਰ ਜੀ ਤੇਰੀ ਖੁੰਡੀ ਫਿਰੀ ਸੰਸਾਰੇ ਚੁੱਕ ਲੱਥੀਆਂ ਕੂਟਾਂ ਚਾਰੇ ਤੇਰੇ ਬਜਰ ਟਲ ਤੇ ਕਢਿਆਲੇ ਤੇ ਅੱਜ ਹੀ ਮੌਜਾਂ ਮਾਣੀਆਂ ਜੀ ਸਹੀ ਦਾ ਜੀ ਸਹੀ ਦਾ ਪੀਰਾਂ ਤੂੰ ਇੱਕਨਾਂ ਨੂੰ ਬੋੜੇ ਕਰ ਬੈਠੀਆਂ ਇੱਕਨਾਂ ਨੂੰ ਪੰਦ ਪਿਆ ਤੂੰ ਝੂਠਿਆਂ ਦੀ ਬਾਤ ਨਾ ਪੁੱਛਦਾ ਧਰ ਦਰਬਾਰ ਗਿਆ ਜੀ ਸਹੀ ਦਾ ਜੀ ਸਹੀ ਦਾ ਖਾਣ ਢੋਡਾ ਔਖੀ ਵੇਲੇ ਤੇ ਮੀ ਕੁੱਲ ਨੂੰ ਮੋਢਾ ਤੂੰ ਤਾਂ ਸਭ ਦੀਆਂ ਆਸਾਂ ਪੂਰੀਆਂ ਕਰਦਾ ਜੀ ਸਹੀ ਦਾ ਜੀ ਸਹੀ ਦਾ ਪੀਰ ਜੀ ਮੈਂ ਹੂੰ ਸ਼ੇਖ ਤੇਰਾ ਰੱਖੀ ਲਾਜੇ ਮੇਰੀ ਜਿੱਥੇ ਨਾਮ ਤੇਰਾ ਹਾਜ਼ਰ ਹੋ ਕੇ ਪਾਸ ਖਲੋ ਕੇ ਕੱਕੀ ਨੂੰ ਢੋ ਕੇ ਬੇੜੇ ਬੰਨੇ ਲਾ ਦੇ ਜੀ ਸਹੀ ਦਾ ਛੇੜ ਘੜੀ ਪਾਲੀ ਐ ਮੇਰੇ ਪੀਰੋ ਕੇ ਪੀਰ ਖਵਾਜ ਕੇ ਜਿੰਦਾ ਪੀ ਲੱਖ ਲਾਲਾ ਮੈਂ ਸਖੀ ਸਰਬ ਸਖੀ ਸੁਲਤਾਨ ਤੇਰੇ ਜਾਗ ਦਰਬਾਰ ਕਦੀ ਮੁਸ਼ਕਲ ਤਾਂ ਖੜ ਦੇ ਪਹਿਲ ਮਰੋ ਭਾਜੀ ਜਿਹਦਾ ਖੀਆਨੇ ਚ ਮੈਂ ਖੀਆਨੇ ਭਰਪੂਰ ਕਰੇ ਨਗਰ ਖੜੇ ਸੋਖੇ ਆ ਭਾਜੀ ਮਨਜੂਰੀਆਂ ਕਰਨੀਆਂ ਦਰੀ ਲੇਖ ਲਾਲਾ ਲੱਖ ਲਾਲਾ ਮੈਂ ਖਵਾਜ ਕੇ ਜਿੰਦਾ ਪੀ ਗੁੱਗਾ ਯਾਰ ਪੀਰ ਬਾਬੇ ਨਗਰ ਖੜੇ ਸੋਖੇ ਆ ਦੋਧੀਆਂ ਪੁੱਤਰੀਆਂ ਸਮਰਾਦਾ ਪੂਰੀਆਂ ਕਰਨੀਆਂ ਮਾਲ ਪੁੱਸੀ ਚੰਦ ਬਖਸ਼ਣਾ ਜਿਹਦਾ ਖੀਆਨੇ ਚ ਮੈਂ ਖੀਆਨੇ ਭਰਪੂਰ ਕਰੇ ਬਾਬੇ ਦੇ ਨਾਂ ਦੀ ਦਾਸ ਪੀਰਾਂ ਦੇ ਨਾਂ ਦੀ ਦਾਸ ਖਵਾਜ ਕੇ ਜਿੰਦਾ ਪੀ ਦੇ ਨਾਂ ਦੀ ਦਾਸ ਗੁੱਗਾ ਯਾਰ ਪੀਰ ਦੇ ਨਾਂ ਦੀ ਦਾ ਬਾਬਾ ਜਿੰਨਾ ਖੇਤ ਚ ਮੈਂ ਖੀਆਨੇ ਭਰਪੂਰ ਕਰੇ ਆ ਬਾਬਾ ਪਿੰਡ ਦੀ ਪ੍ਰਕੰਮਿਆ ਕਰਕੇ ਆਇਆ ਭਾਈ ਮਨਜੂਰੀਆਂ ਕਰਨੀਆਂ ਬਾਬਾ ਪਿੰਡ ਦਾ ਖੜਾ ਭਾਈ ਮਨਜੂਰੀਆਂ ਕਰਿਓ ਦਰੀ ਲੇਖ ਲੈ ਪੀਰ ਸੱਚੀ ਸਰਕਾਰ ਕਰ ਬੇੜੇ ਪਰ ਬਾਬਾ ਜੀ ਦਾ ਮੇਰਾ ਪੀਰ ਖਵਾਜਦਾ ਮੈਂ ਬਾਲਕਾ ਖਵਾਜਾ ਮੇਰਾ ਪੀਰ ਪਰਪਰ ਦੇ ਵਿਸ਼ਾਲੀਆਂ ਕੋਲ ਪਲਾਵੇ ਨੀਰ ਯਫਾ ਲੌਕਸ ਪਾਰੀ ਤਿੰਨੋ ਪਿੱਟ ਵਾਰੀ ਅੱਲਾ ਮੇਰਾ ਬਾਦਸ਼ਾਹ ਮੁਹੰਮਦ ਸ਼ਾਹ ਵਜ਼ੀਰ ਐ ਬਾਬਾ ਜੀ ਸਭ ਪਰਿਵਾਰ ਤੇ ਸਭ ਸੰਗਤ ਕੋ ਰਹਿਮਤ ਸੱਚੀ ਸਰਕਾਰ ਸੱਚਾ ਪੀਰ ਜਿਕਾਰਾ ਗੁੱਗੇ ਯਾਰ ਪੀਰ ਦਾ ਜਿਕਾਰਾ ਲੱਖਾਂ ਦਾਤੇ ਦਾ ਬਹੁਤ ਸੱਚੇ ਦਰਬਾਰ ਦੀ ਹੈ ਬਾਬਾ ਜੀ ਇਹਨਾਂ ਖੇਤ ਚ ਮੈਂ ਖੇਤ ਦੇ ਪਰਪਰ ਕਰਨੇ ਇੰਜ ਸੰਗਤ ਦੀ ਹਾਜ਼ਰੀਆਂ ਮਜ਼ੂਰ ਕਰਨੀਆਂ ਬਾਬਾ ਜੀ ਸ਼ਹੀਦਾਂ ਕਰੋ ਪੁੱਛੇ ਕਰਿਓ ਦਰੀ ਲੱਖ ਲਾਇਆ ਦੋਤੇ ਪੁੱਤਰੀਆਂ ਸਮਰਾਦਾ ਪੁੱਛੇ ਕਰੇ ਪੀਰ ਸੱਚੀ ਰਾਜੀ ਰਾਜੀ ਪੀਰ ਸੱਚੀ ਸਰਕਾਰ
ਚਲੋ 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 ਚਲੋ
ਪਰਲੇ ਪਾਸੇ ਚਲੋ ਜੀ, ਅੰਕਲ ਜੀ ਪਰਲੇ ਪਾਸੇ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ
ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਡੰਡੌਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਦੇ ਸੇਵਾ ਬਰ ਮੋਹੇ ਹੈ ਸੁਭ ਕਰਮਨ ਤੇ ਕਬਹੂ ਨਾ ਤਰੂ ਨਾ ਡਰੂ ਹਰਸੇ ਜਬ ਜਹ ਲਰੂ ਨਿਹਚਾ ਕਰੇ ਆਪਣੀ ਜੀਤ ਕਰੂ ਜਬ ਆਪ ਕੀ ਔਦ ਨਿਧਾਨ ਬਣੈ ਅਤ ਹੀ ਰਨ ਮੈਂ ਤਬ ਜੂਝ ਮਰੂ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਗਰ ਕਰੇ ਏਕ ਨਿਮਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਹਾਂਬਾਤ ਅਨੁਸਾਰ ਅੱਜ ਆਪਾਂ ਬਹੁਤ ਵਡਭਾਗਿਆਂ ਵੱਡੇ ਭਾਗਾਂ ਵਾਲਿਆਂ ਸਾਡੇ ਗੁਰੂਆਂ ਪੀਰਾਂ ਫਕੀਰਾਂ ਦੀ ਚਲਾਈ ਹੋਈ ਪਿਰਤ ਨੂੰ ਕਾਇਮ ਰੱਖਦੇ ਹੋਏ ਸਮੂਹ ਨਗਰ ਨਿਵਾਸੀ ਪਿੰਡ ਸਾਧਪੁਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਗੁੱਗਾ ਜਾਹਰ ਪੀਰ ਜੀ ਦੇ ਨਾਂ ਤੇ ਲੱਖਾਂ ਦੇ ਦਾਤਾ ਲਾਲਾਂ ਵਾਲੇ ਪੀਰ ਜੀ ਦੇ ਨਾਂ ਤੇ ਇਹ 19ਵਾਂ ਵਿਸਾਲ ਪੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਪੰਜਾਬ ਨਹੀਂ ਬਲਕਿ ਹਿੰਦੁਸਤਾਨ ਦੇ ਮਸ਼ਹੂਰ ਪਹਿਲਵਾਨ ਇਸ ਕੁਸ਼ਤੀ ਦੰਗਲ ਦੇ ਭਾਗ ਲੈ ਚੁੱਕੇ ਨੇ ਤੇ ਭਾਗ ਲੈਣ ਲਈ ਪਹੁੰਚ ਰਹੇ ਨੇ ਸਾਡੇ ਪੁਰਖ ਬਜ਼ੁਰਗ ਲੋਕ ਇੱਥੇ ਬੈਠੇ ਨੇ ਉਹਨਾਂ ਨੂੰ ਇਹ ਗੱਲ ਦਾ ਭਲੀ ਭਾਂਤ ਪਤਾ ਕਿ ਜਿਸ ਨਗਰ ਵਿੱਚ ਪਹਿਲਵਾਨਾਂ ਦੇ ਘੋਲ ਹੋ ਜਾਣ ਪੂਰਨ ਭਗਤ ਦਾ ਲੱਗ ਜੇ ਗਾਉਣ ਸਿੰਝ ਵਾਲੇ ਦਿਨ ਭੰਡਾਰੇ ਤਿਆਰ ਕਰਕੇ ਵਰਤਾਏ ਜਾਣ ਸਿੰਝ ਵਾਲੇ ਦਿਨ ਨਗਰ ਦੇ ਵਿੱਚ ਵੱਜ ਜੇ ਢੋਲ ਜੇ ਕੋਈ ਉਸ ਨਗਰ ਦੇ ਉੱਤੇ ਔਖੀ ਘੜੀ ਆਉਣੀ ਹੋਵੇ ਉਹ ਵੀ ਟਲ ਜਾਂਦੀ ਹੈ ਮਾਲ ਪਸ਼ੂ ਤੇ ਜੀ ਜਾਨ ਤੇ ਫਸਲ ਵਾਲੀ ਤੇ ਸੁੱਖ ਸ਼ਾਂਤੀ ਰਹਿੰਦੀ ਹੈ ਕੁਸ਼ਤੀ ਪ੍ਰੇਮੀਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨੰਦੇੜ ਸਾਹਿਬ ਦੀ ਧਰਤੀ ਦੇ ਉੱਤੇ 52 ਬਚਨ ਕਹੇ ਇੱਕ ਬਚਨ ਇਹ ਵੀ ਹੈ ਕੋਈ ਵੀ ਕੰਮ ਕਰਨਾ ਹੋਵੇ ਕੋਈ ਵੀ ਕਾਰਜ ਕਰਨਾ ਹੋਵੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਫਿਰ ਉਹ ਕੰਮ ਰੱਖਣਾ ਚਾਹੀਦਾ ਔਰ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਮਹਾਰਾਜ ਕੋਈ ਵੀ ਕੰਮ ਕਰਦੇ ਸਨ ਕੋਈ ਵੀ ਮਹਿਲ ਸੇਵਦੇ ਸਨ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਫਿਰ ਉਹ ਕੰਮ ਰੰਭਿਆ ਕਰਦੇ ਸਨ ਲਓ ਜੀ ਆਪਾਂ ਵੀ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਲੱਖਾਂ ਦੇ ਦਾਤਾ ਨਾਲਾਂ ਵਾਲੇ ਪੀਰ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਗੁੱਡਾ ਜਾਰ ਪੀਰ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਨਗਰ ਖੇਡ ਦੇ ਚਰਨਾਂ ਦਾ ਓਟ ਆਸਰਾ ਲੈ ਕੇ 19ਵਾਂ ਵਿਸਾਲ ਕੁਸ਼ਤੀ ਦੰਗਲ ਸ਼ੁਰੂ ਕਰਵਾਉਣ ਜਾ ਰਿਹਾ ਪਹਿਲਾਂ ਆਤਿਆ ਪੁਰਾਂ ਦੇ ਕੋਲੋਂ ਲੈ ਲਈਏ ਜਿਹੜਾ ਕੰਮ ਕੀਤਾ ਲੋੜੀ ਹੈ ਕੀਤਾ ਲੋੜੀ ਹੈ ਕੰਮ ਸੋ ਹਰ ਤੇ ਆਖੀ ਹੈ ਕਾਰਜ ਦੇ ਸਵਾਗ ਸਤਿਗੁਰ ਸਭ ਸਾਖੀ ਹੈ ਸੰਤਾਂ ਸੰਤ ਨਿਧਾਨ ਅੰਮ੍ਰਿਤ ਚਾਖੀ ਹੈ ਭੈ ਭਜਨ ਮਿਹਰਬਾਨ ਦਾਸ ਕੀ ਆਖੀ ਹੈ ਨਾਨਕ ਹਰ ਗੁਣ ਗਾਏ ਲਾਜ ਪ੍ਰਭ ਰਾਖੀ ਹੈ ਹੇ ਸੱਚੇ ਪਾਤਸ਼ਾਹ ਸਾਡੇ ਸਪੁਰਤੀ ਦੰਦਲ ਦੇ ਉੱਤੇ ਮਿਹਰ ਭਰਿਆ ਧਰਖੀ ਕਿਸੇ ਵੀ ਜਵਾਨ ਨੂੰ ਤੱਤੀ ਵਾਰ ਨਾ ਲੱਗੇ ਜਿਹੜਾ ਇਹ ਸਾਡਾ ਕਾਰਜ ਹੈ ਨਿਰਵਿਘਨਤਾ ਸਹਿਤ ਸੰਪੂਰਨ ਹੋਵੇ ਵਾਹਿਗੁਰੂ ਸਾਡੇ ਸਪੁਰਤੀ ਦੰਦਲ ਦੇ ਬਰਕਤਾਂ ਪਾਈ ਵਧਾਈ ਦੇ ਪਾਤਰ ਨੇ ਸਮੂਹ ਨਗਰ ਨਿਵਾਸੀ ਪਿੰਡ ਸਾਧਪੁਰ ਵਾਲੇ ਜਿਹਨਾਂ ਨੂੰ
ਇਹ ਬਹੁਤ ਵੱਡਾ ਉਦਮ ਕੀਤਾ ਜੋ ਕਿ ਪਵਿੱਤਰ ਸਥਾਨ ਦੇ ਗੱਦੀ ਨਸੀਨ ਬਾਬਾ ਰਾਮ ਰਵਾਇਆ ਜੀ ਜਿਨ੍ਹਾਂ ਨੇ ਇੱਥੇ ਬਹੁਤ ਵੱਡ ਕੇ ਉਦਰ ਤਪ ਕੀਤਾ ਇਹਨਾਂ ਦੇ ਸਰੀਰ ਦਾ ਇਸ ਸਥਾਨ ਤੇ ਜਾਗਰਤ ਆਈ ਹੈ ਤੇ ਗੱਦੀ ਨਸੀਨ ਬਾਬਾ ਰਾਮ ਰਵਾਇਆ ਜੀ ਇਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਕਿ ਰਾਜਾ ਮਹਾਰਾਜਾ ਵਾਂਗੂ ਸਾਧੂਆਂ ਦੀ ਮਰਜ਼ਾਦਾ ਕਾਇਮ ਰੱਖਦੇ ਹੋਏ ਇਹਨਾਂ ਪਹਿਲਵਾਨਾਂ ਨੂੰ ਮਾਣ ਬਖਸ਼ਦੇ ਨੇ ਹੁਣ ਸਿੰਧ ਕਮੇਟੀ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਜਿੰਨੇ ਵੀ ਪਹਿਲਵਾਨ ਵੀਰ ਇੱਥੇ ਪਹੁੰਚੇ ਨੇ ਅਖਾੜਿਆਂ ਦੇ ਉਸਤਾਦ ਲੋਕ ਗੁਰੂ ਲੋਕ ਆਪੋ ਆਪਣੇ ਅਖਾੜੇ ਦੇ ਪਹਿਲਵਾਨਾਂ ਨੂੰ ਲੈ ਕੇ ਛੇਤੀ ਤੋਂ ਛੇਤੀ ਅਖਾੜੇ ਪਾਤਸ਼ਾਹ ਵਿੱਚ ਪਹੁੰਚੋ ਕੁਸ਼ਤੀ ਪ੍ਰੇਮੀਆਂ ਨੂੰ ਮੈਂ ਤੁਹਾਨੂੰ ਦੱਸਦਾ ਜਿਸ ਨਗਰ ਵਿੱਚ ਇਹਨਾਂ ਪਹਿਲਵਾਨਾਂ ਦੇ ਚਰਨ ਪੈ ਜਾਣ ਉਸ ਨਗਰ ਦੇ ਵਿੱਚ ਡੰਗਰਾਂ ਨੂੰ ਮੂੰਹ ਖੁਰ ਦੀ ਬਿਮਾਰੀ ਨਹੀਂ ਪੈਂਦੀ ਜਿਸ ਨਗਰ ਵਿੱਚ ਸਾਧੂ ਬੈਠ ਕੇ ਉਦਰ ਤਪ ਕਰ ਦੇਣ ਉੱਥੇ ਠਾਹੜ ਤੀਰਥ ਬਣ ਜਾਂਦੇ ਨੇ ਮਹਾਂਪੁਰਸ਼ ਦੇ ਅਸ਼ੀਰਵਾਦ ਦੇ ਲਈ ਖੜੇ ਪਾਤਸ਼ਾਹ ਵਿੱਚ ਪਹੁੰਚ ਰਹੇ ਨੇ ਇੱਕ ਯਾਦਗਾਰ ਹੋਣੀ ਹੈ ਫੋਟੋ ਬਾਬਾ ਜੀ ਆਪਣੇ ਮੁਬਾਰਕ ਹੱਥਾਂ ਦੇ ਨਾਲ ਇਹਨਾਂ ਪਹਿਲਵਾਨਾਂ ਨੂੰ ਅਸ਼ੀਰਵਾਦ ਦੇ ਰਹੇ ਨੇ ਇਹਨਾਂ ਪਹਿਲਵਾਨਾਂ ਨੂੰ ਅਸ਼ੀਰਵਾਦ ਦੇ ਰਹੇ ਨੇ ਸਾਉਣ ਵਾਲੇ ਵੀਰ ਨੂੰ ਬੇਨਤੀ ਹੈ ਥੋੜ੍ਹੀ ਜਿਹੀ ਆਵਾਜ਼ ਘਟਾ ਦਿਓ ਜਮੀ ਥੋੜ੍ਹੀ ਜਿਹੀ ਲਓ ਜੀ ਇੱਕ ਯਾਦਗਾਰ ਫੋਟੋ ਹੋ ਰਹੀ ਹੈ ਯਾਦਾਂ ਕੈਮਰੇ ਚ ਬੰਦ ਹੋ ਰਹੀਆਂ ਨੇ ਬਾਬਾ ਜੀ ਦੇ ਅਸ਼ੀਰਵਾਦ ਸਦਕਾ ਇੱਕ ਮਿੰਟ ਕੁਸ਼ਤੀ ਵੀ ਸ਼ੁਰੂ ਕਰਾਉਣੀ ਇੱਕ ਮਿੰਟ ਬੰਦ ਕਰ ਦਿਓ ਬਾਬਾ ਜੀ ਨੂੰ ਆਪਣਾ ਆਸਣ ਗ੍ਰਹਿਣ ਕਰ ਲੈਣ ਦਿਓ ਫਿਰ ਬਾਅਦ ਕੁਸ਼ਤੀ ਸ਼ੁਰੂ ਕਰਾਵਾਂਗੇ ਬਾਬਾ ਜੀ ਤੁਸੀਂ ਇੱਥੋਂ ਬੈਠੋ ਇੱਕ ਵਾਰ ਜਾ ਕੇ ਸਾਰੇ ਤੁਸੀਂ ਉੱਥੇ ਅਸ਼ੀਰਵਾਦ ਦਿੱਤਾ ਹੈ ਇੱਕ ਵਾਰ ਬਾਬਾ ਜੀ ਤੇ ਸਾਰੀ ਸੰਗਤ ਉੱਥੇ ਬੈਠੋ ਜੀ ਆਪੋ ਆਪਣੇ ਆਸਣ ਗ੍ਰਹਿਣ ਕਰੋ ਇੱਕ ਮਿੰਟ ਬਈ ਲਓ ਜੀ ਕੁਸ਼ਤੀ ਪ੍ਰੇਮੀਓ ਬਾਬਾ ਜੀ ਨੂੰ ਇੱਕ ਵਾਰ ਆਸਣ ਤੇ ਬੈਠ ਜਾਣ ਦਿਓ ਉਦੋਂ ਬਾਅਦ ਆਪਾਂ ਨੇ ਜਿਹੜਾ ਅਖਾੜੇ ਦਾ ਗਾਜ ਅੰਮ੍ਰਿਤਾ ਕਰਨੀ ਹੈ ਬਾਬਾ ਜੀ ਨੇ ਬਾਬਾ ਰਾਮ ਲਵਾਇਆ ਜੀ ਤੇ ਬਾਬਾ ਸੁਦੇਸ਼ ਸਾਹਿਬ ਜੀ ਸਾਡੇ ਨਗਰ ਦੇ ਪਤਵੰਤ ਸੱਜਣ ਨੰਬਰਦਾਰ ਸਾਹਿਬ ਪੰਜ ਸਾਹਿਬ ਬਜ਼ੁਰਗ ਲੋਕ ਉਹਨਾਂ ਦੇ ਅਸ਼ੀਰਵਾਦ ਸਦਕਾ ਪਹਿਲੀ ਜਿਹੜੀ ਕੁਸ਼ਤੀ ਨੂੰ ਅਸ਼ੀਰਵਾਦ ਦਿੱਤਾ ਗਿਆ ਇੱਕ ਵਾਰ ਮੇਰੀ ਬੇਨਤੀ ਹੈ ਸਾਰੇ ਕੁਸ਼ਤੀ ਪ੍ਰੇਮੀਆਂ ਨੂੰ ਕਿ ਨਗਰ ਦੇ ਵਿੱਚ ਸੁੱਖ ਸ਼ਾਂਤੀ ਰਹੇ ਮਾਲ ਪਸ਼ੂ ਤੇ ਸੁੱਖ ਸ਼ਾਂਤੀ ਰਹੇ ਫਸਲ ਵਾੜੀ ਤੇ ਸੁੱਖ ਸ਼ਾਂਤੀ ਰਹੇ ਗੁੱਡਾ ਜਾਹਰ ਪੀਰ ਜੀ ਦੇ ਨਾਂ ਤੇ ਲੱਖਾਂ ਦੇ ਦਾਤਾ ਲਾਲਾਂ ਵਾਲੇ ਪੀਰ ਜੀ ਦੇ ਨਾਂ ਤੇ ਨਗਰ ਖੇੜੇ ਦੀ ਚੜ੍ਹਦੀ ਕਲਾ ਦੀ ਨਾਂ ਤੇ ਇੱਕ ਵਾਰ ਦੱਬ ਕੇ ਤਾੜੀ ਮਾਰ ਦੋ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ ਜੀ ਵਾਹ ਜਨਮ ਸਾਹਿਬਾ ਲਓ ਜੀ ਇਹਨਾਂ ਦੀ ਰੈਫਰ ਕਰਨਗੇ ਮਹਿੰਦਰ ਪਹਿਲਵਾਨ ਜੀ ਝੋਲੇ ਵਾਲੇ ਪਰਚੀ ਲੈ ਲਓ ਪਹਿਲਵਾਨ ਜੀ ਨੂੰ ਲਓ ਜੀ 102 ਨੰਬਰ ਫਰਿਆਦ ਪਹਿਲਵਾਨ ਭੂਆ ਧਮੜੀ ਬੰਟੀ ਪਹਿਲਵਾਨ ਚੱਕਦਨ ਬੰਟੀ ਪਹਿਲਵਾਨ ਅਤਕੜਾ ਕਰ ਰਹੀ ਰੋਡੇ ਪਹਿਲਵਾਨ ਹੈ ਤਿਆਰ ਕੀਤਾ ਪਹਿਲਵਾਨ ਹੈ ਆ ਦੋਨੇ ਪਾਏ ਪਰਚੀ ਫੜ ਕੇ ਰੈਫਰੀ ਕੋਲ ਤੁਸੀਂ ਤੁਹਾਡਾ ਕੀ ਨਾਮ ਜੀ ਲਓ ਜੀ ਸਰਦਾਰ ਬਲਿਹਾਰ ਸਿੰਘ ਜੀ ਇਹਨਾਂ ਨੇ ਵੀ ਅੱਜ ਰੈਫਰ ਦੀ ਸੇਵਾ ਨਿਭਾਉਣੀ ਹੈ ਰੈਫਰੀਆਂ ਨੂੰ ਮੇਰੀ ਬੇਨਤੀ ਹੈ ਤੁਸੀਂ ਨੇ ਨਿਰਪੱਖ ਫੈਸਲਾ ਦੇਣਾ ਹੈ ਅੱਜ ਤੁਹਾਨੂੰ ਅਸੀਂ ਖਾਰੇ ਪਾਤਸ਼ਾਹ ਵਿੱਚ ਬਿਠਾਇਆ ਹੈ ਕਿਸੇ ਨਾਲ ਵੀ ਤੁਸੀਂ ਦਰਿਆ ਭਾਰ ਨਹੀਂ ਕਰਨਾ ਹੱਥ ਰੱਖੋ ਜੀ ਪਰਚੀ
ਜਦੋਂ ਕੁਸ਼ਤੀ ਕਰਕੇ ਆਪਣੇ ਨਾਮ ਨਾਮ ਧਾਤੀ ਨਾਮ ਦੇ ਹੱਥ ਰੱਖੋ ਇੱਧਰ ਕਰਾਓ ਜੀ ਕੁਸ਼ਤੀ ਕਰੋ ਸ਼ੁਰੂ ਇੱਧਰ ਆਦਮੀਆਂ ਪਰਚੀਆਂ ਵਾਲੇ ਪਹਿਲਵਾਨ ਪਹੁੰਚੋ ਜੀ ਲਓ ਜੀ ਅਖਾੜਾ ਭੂਆ ਤਬੜੀ ਮਹਿੰਦਰ ਕੌਰ ਸਾਹਿਬ ਜੀ ਦਾ ਤਿਆਰ ਕੀਤੇ ਪਹਿਲਵਾਨ ਉਹ ਵੀ ਸਾਡੇ ਕੋਲ ਪਹੁੰਚ ਗਏ ਨੇ ਅਸੀਂ ਉਹਨਾਂ ਦਾ ਵੀ ਤਹਿਦਰੋਂ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਕੁਸ਼ਤੀਆਂ ਸ਼ੁਰੂ ਹੋ ਗਈਆਂ ਨੇ ਜਿੱਥੇ ਤੱਕ ਸਾਊਂਡ ਦੀ ਆਵਾਜ਼ ਆਉਂਦੀ ਹੈ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਖਾੜੇ ਪਾਤਸ਼ਾਹ ਦੇ ਵਿੱਚ ਆ ਕੇ ਇਸ ਅਖਾੜੇ ਦੀ ਰੌਣਕ ਵਧਾਓ ਜੀ ਬਹੁਤ ਵਧੀਆ ਕੁਸ਼ਤੀਆਂ ਹੋ ਰਹੀਆਂ ਨੇ ਲਓ ਜੀ ਇੱਧਰ ਸਾਡੇ ਸਤਿਕਾਰਯੋਗ ਵਿਜੇ ਪਹਿਲਵਾਨ ਜੀ ਵਿਜੇ ਪਹਿਲਵਾਨ ਜੀ ਫਗਵਾੜਾ ਜਿਨ੍ਹਾਂ ਦਾ ਸੁਰਜੀਤ ਪਹਿਲਵਾਨ ਦੇ ਨਾਲ ਭਰਾਵਾਂ ਵਾਲਾ ਪਿਆਰ ਹੈ ਬਹੁਤ ਵੱਡਾ ਮਾਣ ਹੈ ਤੇ ਉਹਨਾਂ ਨੇ ਬੇਨਤੀ ਕਰਵਾਈ ਹੈ ਕਿ 27 ਅਕਤੂਬਰ ਨੂੰ ਸੁਰਜੀਤ ਪਹਿਲਵਾਨ ਜੀ ਨਦੀਆਂ ਦੇ ਨਗਰ ਵਿਖੇ ਬਹੁਤ ਭਾਰੀ ਕੁਸ਼ਤੀ ਦੰਗਲ ਹੋਣ ਜਾ ਰਹੇ ਹੈ ਜਿਹਦੇ ਵਿੱਚ ਕ੍ਰਿਸ਼ਨ ਪਹਿਲਵਾਨ ਜੀ ਭਾਰਤ ਕੇਸਰੀ ਤੇ ਭਾਰਤ ਕੁਮਾਰ ਦਾ ਜੇਤੂ ਪਹਿਲਵਾਨ ਤੇ ਉਹਦੇ ਨਾਲ ਕੁਸ਼ਤੀ ਹੋਣ ਜਾ ਰਹੀ ਹੈ ਕਮਲਜੀਤ ਪਹਿਲਵਾਨ ਜੀ ਡੂੰਸੇੜੀ ਸੱਦੇ ਬੁਲਾਵੇ ਵਾਲੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ ਤੇ ਇੱਧਰ ਵਿਜੇ ਪਹਿਲਵਾਨ ਜੀ ਫਗਵਾੜੇ ਵਾਲੇ ਜਿਨ੍ਹਾਂ ਨੇ ਉਸ ਅਖਾੜੇ ਦੀ ਪੂਰੀ ਸਰਪ੍ਰਸਤੀ ਕਰਨੀ ਹੈ ਤੇ ਨਿਮਰਤਾ ਸਾਹਿਬ ਬੇਨਤੀ ਹੈ ਪਹਿਲਵਾਨ ਵੀਰ ਤੇ ਕੁਸ਼ਤੀ ਪ੍ਰੇਮੀ ਨੋਟ ਕਰੋ ਜੀ 27 ਅਕਤੂਬਰ ਨੂੰ ਪਹਿਲਵਾਨ ਸੁਰਜੀਤ ਸਿੰਘ ਜੀ ਲੱਲੀਆਂ ਦੇ ਨਗਰ ਵਿਖੇ ਬਹੁਤ ਹੀ ਭਾਰੀ ਕੁਸ਼ਤੀ ਦੰਗਲ ਹੋਣ ਜਾ ਰਿਹਾ ਹੈ ਤੇ ਪਹਿਲਵਾਨ ਵੀਰ ਤੇ ਕੁਸ਼ਤੀ ਪ੍ਰੇਮੀ ਨੋਟ ਕਰੋ ਜੀ ਦੁਨੀਆ ਦੇ ਤੇ ਹਿੰਦੁਸਤਾਨ ਦੇ ਮਸ਼ਹੂਰ ਰੁਸਤਮ ਪਹਿਲਵਾਨ ਉੱਤੇ ਭਿੜ ਜਾ ਰਹੇ ਨੇ ਜੀ ਲਓ ਜੀ ਮਨਦੀਪ ਪਹਿਲਵਾਨ ਬਾੜੋ ਵਾਲਾ ਤਕੜਾ ਕਰ ਰਹੀ ਤੇ ਆਲਮ ਪਹਿਲਵਾਨ ਮਾਛੀ ਵਾਲੀ ਹਾਂ ਵੀ ਆਦਮੀਆਂ ਪਰਚੀਆਂ ਲੈ ਕੇ ਪਹੁੰਚੋ ਵੀ ਆਦਮੀਆਂ ਪਰਚੀਆਂ ਵਾਲੇ ਪਹਿਲਵਾਨਾਂ ਨੂੰ ਬੇਨਤੀ ਹੈ ਕਿ ਉਹ ਛੇਤੀ ਤੋਂ ਛੇਤੀ ਮੇਰੇ ਕੋਲ ਪਰਚੀਆਂ ਲੈ ਕੇ ਪਹੁੰਚੀ ਜਾਓ ਬਈ ਪੂਰੇ 2 ਵਜੇ 2:30 ਵਜੇ ਖਾਣੇ ਦਾ ਗਾਜ ਹੋ ਗਏ ਲਓ ਜੀ 104 ਨੰਬਰ ਪਰਚੀ ਗੋਪੀ ਪਹਿਲਵਾਨ ਵਾੜੋਵਾਲ ਵਾਹ ਬਈ ਵਾਹ ਇਹ ਹੈ ਗੋਪੀ ਪਹਿਲਵਾਨ ਵਾੜੋਵਾਲ ਵਾਲਾ ਬਿੰਦਾ ਪਹਿਲਵਾਨ ਚੜ ਲਓ ਜੀ ਪਰਚੀ ਕਰਾ ਦੋ ਕੁਸ਼ਤੀ ਲਓ ਜੀ ਕੱਲ੍ਹ ਸਿੰਧ ਕਮੇਟੀ ਨੇ ਬਹੁਤ ਵਧੀਆ ਫੈਸਲਾ ਕੀਤਾ ਇੱਕ ਮੈਂ ਤੁਹਾਨੂੰ ਦੱਸਦਿਆਂ ਪਹਿਲਵਾਨ ਵੀਰੋ ਇਹ ਤੁਹਾਡੇ ਫੇਵਰ ਦੀ ਗੱਲ ਹੈ ਤੁਹਾਡੇ ਭਲੇ ਦੀ ਗੱਲ ਹੈ ਇਹ ਤੁਹਾਡੇ ਭਲੇ ਦੀ ਗੱਲ ਹੈ ਕਹਿੰਦੇ ਵੀ ਅਸੀਂ 15 ਮਿੰਟ ਕੁਸ਼ਤੀ ਕਰਵਾਉਣੀ ਹੈ ਜ਼ਿਆਦਾ ਲੰਮੀ ਕੁਸ਼ਤੀ ਨਹੀਂ ਅਸੀਂ ਕਰਵਾਉਣੀ ਬਾਅਦ ਦੇ ਵਿੱਚ ਜਿਹੜਾ ਪਹਿਲਵਾਨ ਪਹਿਲਾਂ ਪੁਆਇੰਟ ਲੈ ਲੂਗਾ ਉਹ ਪਹਿਲਵਾਨ ਜੇਤੂ ਕਰਾਰ ਦਿੱਤਾ ਜਾਣਾ ਓਲੰਪਿਕ ਦੇ ਆਧਾਰ ਤੇ ਨੈਸ਼ਨਲ ਦੇ ਆਧਾਰ ਤੇ ਕਹਿੰਦੇ ਵੀ ਕੁਸ਼ਤੀਆਂ ਸਾਰੀਆਂ ਯਾਦਗਾਰ ਹੋ ਜਾਣਗੀਆਂ ਪਹਿਲਵਾਨੋ ਤੇ ਕੁਸ਼ਤੀ ਪ੍ਰੇਮੀ ਜੇ ਤੁਹਾਨੂੰ ਇਹ ਫੈਸਲਾ ਮਨਜ਼ੂਰ ਹੈ ਤਾਂ ਇੱਕ ਵਾਰ ਤਾੜੀ ਮਾਰ ਕੇ ਸਾਡੇ ਨਾਲ ਜਿਹੜੀ ਹੌਸਲਾ ਬਦਾਈ ਕਰ ਦਿਓ ਤਾਂ ਵੀ ਇਹ ਫੈਸਲਾ ਪ੍ਰਬੰਧਕਾਂ ਨੇ ਕੀਤਾ ਕਿ ਬਈ ਜਿਹੜਾ ਵੀ ਪਹਿਲਵਾਨ
ਕੁਸ਼ਤੀ ਬਰਾਬਰ ਰਹਿੰਦੀ ਜਾਂਦੀ ਹੈ ਤਾਂ ਉਸ ਪਹਿਲਵਾਨ ਦਾ ਬਾਅਦ ਪੁਆਇੰਟ ਤੇ ਕੁਸ਼ਤੀ ਕਰਵਾਈ ਜਾਣੀ ਜਿਹੜਾ ਪਹਿਲਵਾਨ ਪਹਿਲਾ ਪੁਆਇੰਟ ਲੈਣਗਾ ਤੇ ਉਹ ਪਹਿਲਵਾਨ ਜੇਤੂ ਕਰਾ ਦਿੱਤਾ ਜਾਣਾ ਭਾਵ ਕੁਸ਼ਤੀ ਦੀ ਜਿੱਤ ਹੋ ਜਾਣੀ ਲਓ ਜੀ ਇੱਧਰ ਅਖਾੜਾ ਮਾਰੋਵਾਲ ਰਾਣਾ ਪਹਿਲਵਾਨ ਜੀ ਜੋ ਕਿ ਇਸ ਟਾਈਮ ਜੋੜਾ ਬਣਾਉਣ ਦੀ ਸੇਵਾ ਕਰ ਰਹੇ ਨੇ ਤੇ ਉਹਨਾਂ ਦੇ ਖਾੜੇ ਦੇ ਪਹਿਲਵਾਨ ਪਹੁੰਚਦੇ ਨੇ ਮਹਿੰਦਰ ਪਹਿਲਵਾਨ ਜੀ ਭੂਆ ਤਵੜੀ ਉਹਨਾਂ ਦੇ ਖਾੜੇ ਦੇ ਪਹਿਲਵਾਨ ਵੀ ਪਹੁੰਚੇ ਹੋਏ ਨੇ ਉਹਨਾਂ ਦਾ ਵੀ ਅਸੀਂ ਤਾਂ ਚਲੋ ਧੰਨਵਾਦ ਕਰਦੇ ਹਾਂ ਕਾਲਾ ਪਹਿਲਵਾਨ ਹਦੀਆਬਾਦ ਕਾਲਾ ਪਹਿਲਵਾਨ ਹਦੀਆਬਾਦ ਲਓ ਜੀ ਕਾਲਾ ਪਹਿਲਵਾਨ ਹਦੀਆਬਾਦ 105 ਨੰਬਰ ਪਰਚੀ ਵਾਲਾ ਪਹਿਲਵਾਨ ਮੇਰੇ ਕੋਲ ਪਹੁੰਚ ਗਿਆ ਇਹਦੇ ਨਾਲ ਦੀ ਜੋੜਦਾ ਜਿਹੜਾ ਪਹਿਲਵਾਨ ਪਹੁੰਚੋ ਜੀ 105 ਨੰਬਰ ਪਰਚੀ ਕਾਲਾ ਹਰੀਆਵਾ 105 ਨੰਬਰ ਪਰਚੀ ਕਿਹੜੇ ਪਹਿਲਵਾਨ ਆਓ ਵੀ ਆਓ ਪਹਿਲਵਾਨ ਲਓ ਜੀ ਕਾਲਾ ਪਹਿਲਵਾਨ ਹਦੀਆਬਾਦ ਪਹਿਲਵਾਨ ਪਹੁੰਚੋ ਲਓ ਜੀ ਇੱਧਰ ਸਟੇਜ ਦੇ ਉੱਤੇ ਪਹਿਲਵਾਨਾਂ ਨੂੰ ਨਾਮ ਕਰਾਮ ਨਾਲ ਦੀ ਨਾਲ ਦਿੱਤਾ ਜਾ ਰਿਹਾ ਪਹਿਲਵਾਨ ਵੀ ਨੋਟ ਕਰੋ ਲਓ ਜੀ ਇੱਧਰ ਸਰਦਾਰ ਸਰਬਜੀਤ ਸਿੰਘ ਜੀ ਉਹਨਾਂ ਵੱਲੋਂ ਬੇਨਤੀ ਆਈ ਹੈ ਵੀ ਖਾੜਿਆਂ ਦੇ ਉਸਤਾਦ ਲੋਕ ਜਿਹੜੇ ਵੀ ਜਿਹੜੇ ਸਾਡੇ ਖਾੜਿਆਂ ਦੇ ਅਸੀਂ ਫੱਟੇ ਲਾਏ ਨੇ ਉਹ ਆਪਣੇ ਆਪਣੇ ਪਹਿਲਵਾਨਾਂ ਨੂੰ ਖਾੜ ਤੇ ਫੱਟਿਆਂ ਦੇ ਕੋਲ ਬਿਠਾਇਓ ਕਿ ਹੋਰ ਕਿਸੇ ਵੀ ਪਹਿਲਵਾਨ ਨੂੰ ਇੱਥੇ ਲਵੇ ਨਹੀਂ ਬਿਠਾਉਣਾ ਨਿਮਰਤਾ ਸਰ ਬੇਨਤੀ ਹੈ ਜੀ ਲਓ ਜੀ ਅਗਲੀ ਪਰਚੀ ਦਿਓ ਲਓ ਜੀ ਜਿਹੜੀ ਇਹ ਹੈ ਰਵੀ ਪਹਿਲਵਾਨ ਚੱਕ ਦਾ ਰੋਡੇ ਪਹਿਲਵਾਨ ਦਾ ਤਿਆਰ ਕੀਤਾ ਪਹਿਲਵਾਨ ਹੈ ਅੱਜ ਮਾਲਵੇ ਦੇ ਵਿੱਚ ਸਿੰਝ ਹੋ ਰਹੀ ਹੈ ਤੇ ਮਾਛੀ ਪਾੜੇ ਦੇ ਕੋਲ ਅੱਜ ਉਹਨੇ ਇੱਥੇ ਜੋੜਾ ਬਣਾਉਣੀਆਂ ਨੇ ਉੱਥੇ ਗਏ ਨੇ ਪਰ ਉਹਨਾਂ ਦੇ ਮੁੰਡੇ ਇੱਥੇ ਪਹੁੰਚੇ ਨੇ ਰਵੀ ਚੱਕਦਾਨਾ 106 ਨੰਬਰ ਪਰਚੀ ਵਾਲਾ ਪਹਿਲਵਾਨ ਛੇਤੀ ਤੋਂ ਛੇਤੀ ਮੇਰੇ ਕੋਲ ਪਹੁੰਚੋ ਵੀ ਰਵੀ ਪਹਿਲਵਾਨ ਚੱਕਦਾਨਾ ਮੇਰੇ ਕੋਲ ਪਹੁੰਚ ਗਿਆ ਹੈ 106 ਨੰਬਰ ਪਰਚੀ ਵਾਲੇ ਪਹਿਲਵਾਨ ਪਹੁੰਚੋ ਜੀ ਪਹਿਲਵਾਨੋ ਛੇਤੀ ਵੀ ਇੱਕ ਬੇਨਤੀ ਹੈ ਜਿਹੜੇ ਵੀ ਪਹਿਲਵਾਨ ਦਾ ਨਾਂ ਲਿਖਦਾ ਦਿੰਦੇ ਲਿਖਣ ਵਾਲੇ ਜੋੜ ਮਿਲਾਈ ਜਾਂਦੀ ਹੈ ਉਹ ਨਾਲ ਦੀ ਨਾਲ ਗਰਮਾਲਿਆ ਕਰੋ ਬੈਠੇ ਨਹੀਂ 106 ਨੰਬਰ ਪਰਚੀ ਕੀਤੀ ਹੈ ਲਓ ਜੀ ਸੁਰਿੰਦਰ ਵਰਿੰਦਰ ਪਹਿਲਵਾਨ ਮਾੜੋ ਪਰਚੀ ਲੈਣ ਲਓ ਜੀ ਮੇਰੇ ਕੋਲ 107 ਨੰਬਰ ਪਰਚੀ ਸੇਰਾ ਚੱਕਦਾਨਾ ਤਗੜਾ ਕਰ ਬਈ ਤੇ ਟੀਟੂ ਪਹਿਲਵਾਨ ਭੂਆ ਤਵੜੀ ਇੱਧਰ ਲਓ ਜੀ ਇੱਧਰ ਮੇਰਾ ਵੀਰ ਦੀਪਾ ਇਹਨਾਂ ਦੀ ਰੈਫਰ ਦੀ ਸੇਵਾ ਨਿਭਾਉਣਗੇ ਦੀਪਾ ਜੀ
ਲਓ ਜੀ ਕੁਸ਼ਤੀ ਪ੍ਰੇਮੀ ਮੈਂ ਤੁਹਾਨੂੰ ਕੁਸ਼ਤੀ ਦੇ ਪ੍ਰਾਚੀਨ ਇਤਿਹਾਸ ਦੇ ਬਾਰੇ ਦੱਸਣ ਲੱਗਿਆ ਜੋ ਤੁਸੀਂ ਚੱਲਦੇ ਸਮੇਂ ਟੰਟੀ ਨਿਊਜ਼ ਸਮੇਂ ਵਿੱਚ ਕੁਸ਼ਤੀ ਦੇਖ ਰਹੇ ਹੋ ਇਸ ਕੁਸ਼ਤੀ ਦਾ ਜਨਮ ਸਾਡੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਹੋਇਆ ਇਸ ਕੁਸ਼ਤੀ ਨੂੰ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਜੁਗਾ ਜਗਾਤਰਾ ਤੋਂ ਮਾਣ ਬਖਸ਼ਿਆ ਪ੍ਰਾਚੀਨ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਉਸ ਸਮੇਂ ਦੇ ਅਨੁਸਾਰ ਹਨੂੰਮਾਨ ਬਾਲੀ ਕੁੰਭਕਰਨ ਜਾਬੰਤ ਅੰਗਦ ਭੀਮਸਨ ਬਲਰਾਮ ਦੁਰਯੋਧਨ ਕਰਨ ਕੰਸ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਸਾਡੇ ਗੁਰੂ ਪੀਰ ਅਵਤਾਰ ਹੋਏ ਨੇ ਇਹਨਾਂ ਨੇ ਸਮੇਂ ਸਮੇਂ ਤੇ ਕੁਸ਼ਤੀ ਨੂੰ ਮੱਲ ਅਖਾੜੇ ਨੂੰ ਮਾਣ ਬਖਸ਼ਿਆ ਸਾਨੂੰ ਤੂਰਨੇ ਪਾ ਕੇ ਦੱਸਿਆ ਆਪ ਇਸ ਮਾਰਗ ਤੇ ਚੱਲੇ ਤੇ ਸਾਨੂੰ ਇਸ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤੇ ਗਏ ਜੋ ਤੁਸੀਂ ਇਸ ਟਾਈਮ ਕੁਸ਼ਤੀ ਦੇਖ ਰਹੇ ਹੋ ਇਸ ਕੁਸ਼ਤੀ ਦਾ ਜਨਮ ਸਾਡੇ ਹਿੰਦੁਸਤਾਨ ਦੀ ਧਰਤੀ ਦਿੱਤੇ ਹੋਏ ਹੈ ਇਸ ਹਿੰਦੁਸਤਾਨ ਤੋਂ ਸਭ ਤੋਂ ਪਹਿਲਾਂ ਗ੍ਰੀਸ ਦੇਸ਼ ਦੇ ਵਿੱਚ ਕੁਸ਼ਤੀ ਗਈ ਉਸ ਤੋਂ ਬਾਅਦ ਸਾਰੇ ਦੇਸ਼ਾਂ ਦੇ ਵਿੱਚ ਕੁਸ਼ਤੀ ਗਈ ਹੈ ਅੱਜ ਜੋ 2012 ਦੇ ਵਿੱਚ ਲੰਡਨ ਵਿਖੇ ਓਲੰਪਿਕ ਖੇਡਾਂ ਹੋਈਆਂ 172 ਦੇਸ਼ ਉੱਥੇ ਕੁਸ਼ਤੀ ਦੇ ਵਿੱਚ ਭਾਗ ਲੈਣ ਲਈ ਪਹੁੰਚੇ ਜੋ ਤੁਸੀਂ ਇਹ ਕੁਸ਼ਤੀ ਦੇਖ ਰਹੇ ਹੋ ਇਸ ਕੁਸ਼ਤੀ ਦਾ ਜਨਮ ਸਾਡੇ ਹਿੰਦੁਸਤਾਨ ਦੀ ਧਰਤੀ ਦਿੱਤੇ ਹੋਏ ਹੈ ਸਾਡੀ ਵਿਰਾਸਤੀ ਖੇਡ ਨੂੰ ਸੰਭਾਲਦੇ ਹੋਏ ਸਮੂਹ ਨਗਰ ਨਿਵਾਸੀ ਪਿੰਡ ਸਾਧਪੁਰ ਵਾਲੇ ਇਹ ਸਾਡੀ ਵਿਰਾਸਤ ਸੰਭਾਲ ਰਹੇ ਨੇ ਪਹਿਲਵਾਨਾਂ ਦੇ ਘੋਲ ਕਰਾ ਰਹੇ ਨੇ ਵਧਾਈ ਦੇ ਪਾਤਰ ਨੇ ਮੈਂ ਇਸ ਨਗਰ ਨੂੰ ਲੱਖ ਲੱਖ ਵਧਾਈ ਦੇਣਾ ਜੀ ਵਾਹ ਜੀ ਵਾਹ ਸਾਉਣ ਵਾਲੇ ਵੀਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਪਰਮਿੰਦਰ ਸੌਂ ਸਾਧਪੁਰ ਕਿਸੇ ਨਗਰ ਦਾ ਸਾਧਾ ਬਈ ਸਾਉਣ ਦੀ ਬਹੁਤ ਵਧੀਆ ਸੈਕਟਰੀ ਕੀਤੀ ਹੈ ਇਹਨਾਂ ਨੂੰ ਸੈਕਟਰੀ ਕਰਨੀ ਆਉਂਦੀ ਹੈ ਬਹੁਤ ਧੰਨਵਾਦ ਜਾਣ ਦਾ ਮੌਕਾ ਮਿਲਿਆ ਕਈ ਵਾਰ ਸਾਉਣ ਦੇ ਵੀ ਵਧੀਆ ਚੱਲਦਾ ਕਿਉਂਕਿ ਕੁਸ਼ਤੀ ਪ੍ਰੇਮੀਓ ਜੇ ਕਹਿੰਦੇ ਖੀਰ ਖਾਣੀ ਹੋਵੇ ਤਾਂ ਖੰਡ ਤੋਂ ਬਿਨਾਂ ਸਵਾਦ ਨਹੀਂ ਲੱਗਦੀ ਜੇ ਕੋਈ ਵੀ ਸਮਾਰਨਾ ਬੁਲਾਰੇ ਤੋਂ ਬਿਨਾਂ ਖਾਲੀ ਹੈ ਹੁਣ ਕੁਸ਼ਤੀ ਪ੍ਰੇਮੀ ਨੂੰ ਕੀ ਪਤਾ ਲੱਗੂਗਾ ਪਰਮਿੰਦਰ ਪਹਿਲਵਾਨ ਹੈ ਜਾਇ ਕਮਲਜੀਤ ਪਹਿਲਵਾਨ ਹੈ ਇਹ ਦਿੱਲੀ ਦਾ ਪਹਿਲਵਾਨ ਹੈ ਇਹ ਜਿਹੜੀ ਖਾੜੇ ਦੀ ਭੂਮਿਕਾ ਤਾਂ ਬੁਲਾਰੇ ਨੇ ਹੀ ਨਿਭਾਉਣੀ ਹੈ ਸੌਣ ਦੇ ਨਾਲ ਹੀ ਸੰਗਤਾਂ ਤੱਕ ਆਵਾਜ਼ ਪਹੁੰਚਾਈ ਜਾਣੀ ਹੈ ਸੌਣ ਬਹੁਤ ਵਧੀਆ ਵੀ ਪਰਮਿੰਦਰ ਸੌਣ ਸਾਧਪੁਰ ਵਾਹ ਬਈ ਵਾਹ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਮੇਰੇ ਵੀਰ ਦਾ ਜੀ ਆਦਲੀਆਂ ਪਰਚੀਆਂ ਵਾਲੇ ਪਹਿਲਵਾਨ ਸਾਡੇ ਕੋਲ ਪਹੁੰਚੀ ਜਾਓ ਜੀ ਆਦਲੀਆਂ ਪਰਚੀਆਂ ਵਾਲੇ ਜਿਹੜੇ ਪਹਿਲਵਾਨ ਨੇ ਉਹ ਪਰਚੀਆਂ ਲੈ ਕੇ ਮੇਰੇ ਕੋਲ ਪਹੁੰਚੋ ਜੀ ਬਾਬੇ ਬਾ ਢੋਲੀ ਮੇਰੇ ਵੀਰ ਬਹੁਤ ਵਧੀਆ ਢੋਲ ਵਜਾਉਂਦੇ ਨੇ ਤੇ ਬੜਾ ਮੱਠਾ ਮੱਠਾ ਢੋਲ ਵਜਾਓ ਮੇਰੇ ਵੀਰੋ ਢੋਲ ਵੱਜਣਾ ਵੀ ਬਹੁਤ ਜ਼ਰੂਰੀ ਹੈ ਕੁਸ਼ਤੀ ਪ੍ਰੇਮੀਓ ਜੋ ਤੁਸੀਂ ਇਹ ਕੁਸ਼ਤੀ ਦੇਖ ਰਹੇ ਹੋ ਇਸ ਕੁਸ਼ਤੀ ਨੂੰ ਮਾਣ ਬਖਸ਼ਿਆ ਲੱਖਾਂ ਦੇ ਦਾਤਾ ਲਾਲਾਂ ਵਾਲੇ ਪੀਰ ਸੱਚੀ ਸਰਤਾ ਪ੍ਰਾਚੀਨ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਲੱਖਾਂ ਦੇ ਦਾਤਾ ਲਾਲਾਂ ਵਾਲੇ ਪੀਰ ਜੀ ਆਪਣੇ ਦਰਬਾਰ ਦੇ ਵਿੱਚ ਸੈਂਕੜੇ ਪਹਿਲਵਾਨਾਂ ਦੀ ਫੌਜ ਰੱਖਿਆ ਕਰਦੇ ਸਨ ਆਪਣੇ ਦਰਬਾਰ ਦੇ ਵਿੱਚੋਂ ਤੇ ਆਪਣੇ ਖਜ਼ਾਨੇ ਦੇ ਵਿੱਚੋਂ ਉਹਨਾਂ ਪਹਿਲਵਾਨਾਂ ਨੂੰ ਖੁਰਾਕ ਦਿਆ ਕਰਦੇ ਸਨ ਤੇ ਉਹਨਾਂ ਦੇ ਜੋਰ ਕਰਵਾਇਆ ਕਰਦੇ ਸਨ ਜਿਨ੍ਹਾਂ ਦੇ ਨਾਂ ਤੇ
ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਝਾਂ ਪਵਾਈਆਂ ਜਾਂਦੀਆਂ ਨੇ। ਹਿਮਾਚਲ ਪ੍ਰਦੇਸ਼ ਦੇ ਵਿੱਚ ਟੋਟਲ ਹੀ ਲੱਖਾਂ ਦੇ ਦਾਤਾ ਲਾਲਾਂ ਵਾਲੇ ਪੀਰ ਜੀ ਦੇ ਨਾਮ ਤੇ ਸਿੰਘਾਂ ਪਵਾਈਆਂ ਜਾਂਦੀਆਂ ਨੇ। ਉਹਨਾਂ ਨੂੰ ਵੀ ਕੁਸ਼ਤੀ ਦੇ ਮੱਲ ਖਾਣੇ ਦੇ ਮੋਢੀ ਮੰਨਿਆ ਗਿਆ ਪ੍ਰਾਚੀਨ ਗ੍ਰੰਥਾਂ ਦੇ ਅਨੁਸਾਰ। ਕਰੋ ਕੁਸ਼ਤੀ ਬਈ, ਭੂੜਾ ਵਾੜੋ ਵਾਲੇ ਕੋਲ ਹੱਥ ਖੜਾ ਕਰਦੇ ਵੀ ਜਾਣਾ। ਇਹ ਕਾਲੇ ਰੋਡ ਦੇ ਭੂੜਾ ਪਹਿਲਵਾਨ ਵਾੜੋਵਾਲ ਤੇ ਪੰਮਾ ਪਹਿਲਵਾਨ ਮੁਕੰਦਪੁਰ, ਇਹਨਾਂ ਦੋਨਾਂ ਪਹਿਲਵਾਨਾਂ ਦੇ ਵਿਚਕਾਰ ਕੁਸ਼ਤੀ ਸ਼ੁਰੂ ਹੋ ਗਈ ਹੈ। ਮਹਿੰਦਰ ਪਹਿਲਵਾਨ ਜੀ ਚੌੜੇ ਵਾਲੇ ਇਹਨਾਂ ਦੀ ਰੈਫਰ ਕਰ ਰਹੇ ਨੇ ਤੇ ਬਹੁਤ ਵਧੀਆ ਭਲਵਾਨੀ ਕੀਤੀ ਹੈ। ਅੱਜ ਬਹੁਤ ਵਧੀਆ ਖਾੜਾ ਵੀ ਚਲਾ ਰਹੇ ਨੇ ਜੀ। ਹਾਂ ਬਈ, ਅਗਲੀ ਜਿਹੜੀ ਕੁਸ਼ਤੀ ਹੈ ਗੁਰਦੀਪ ਪਹਿਲਵਾਨ ਹਕੀਮਪੁਰ, ਗੁਰਦੀਪ ਪਹਿਲਵਾਨ ਹਕੀਮਪੁਰ ਵਾਲੇ ਨੂੰ ਬੇਨਤੀ ਹੈ, ਉਹ ਪਹੁੰਚ ਗਿਆ ਬਈ, ਉਹਦੇ ਨਾਲ ਦਾ ਪਹਿਲਵਾਨ ਪਹੁੰਚੋ ਜੀ। ਗੁਰਦੀਪ ਪਹਿਲਵਾਨ ਹਕੀਮਪੁਰ ਵਾਲਾ ਉਹ ਖਾੜੇ ਪਾਤਸ਼ਾਹ ਵਿੱਚ ਪਹੁੰਚੋ ਜੀ, ਉਹਦੇ ਨਾਲ ਦੀ ਜੋੜੀ ਦਾ ਪਹਿਲਵਾਨ ਪਹੁੰਚੋ। ਇਹ ਪਰਚੀ ਦਾ ਨੰਬਰ ਥੋੜਾ ਜਿਹਾ ਕੱਟਿਆ ਗਿਆ। ਗੁਰਦੀਪ ਹਕੀਮਪੁਰ ਦੇ ਨਾਲ ਜਿਹੜਾ ਪਹਿਲਵਾਨ ਦੀ ਕੁਸ਼ਤੀ ਹੈ, ਕਿੰਨਾ ਨੰਬਰ ਹੈ? ਲਓ ਜੀ, ਸੁਰਿੰਦਰ ਪਹਿਲਵਾਨ ਮੁਕੰਦਪੁਰ। ਲਓ ਜੀ, ਇਹਨਾਂ ਦੀ ਰੈਫਰ ਕਰਨਗੇ ਦੀਪਾ ਮੇਰਾ ਵੀਰ ਜੀ। ਬਹੁਤ ਵਧੀਆ ਕੁਸ਼ਤੀਆਂ ਹੋ ਰਹੀਆਂ ਨੇ ਤੇ ਬਹੁਤ ਹੀ ਵਧੀਆ ਮਾਹੌਲ। ਉਧਰ ਗੱਦੀ ਨਸੀਨ ਬਾਬਾ ਰਾਮ ਲਵਾਇਆ ਜੀ, ਵਾਹ ਜੀ ਵਾਹ, ਜਿਹਨਾਂ ਦੇ ਸਰੀਰ ਦੇ ਨਾਲ ਇੱਥੇ ਜਾਗਰਤ ਆਈ ਹੈ, ਇਸ ਸਥਾਨ ਨੂੰ ਭਾਗ ਲੱਗੇ ਨੇ ਤੇ ਬਾਬਾ ਸੁਦੇਸ਼ ਸਾਹਿਬ ਜੀ ਮਹਾਂਪੁਰਸ਼ ਇੱਥੇ ਬੈਠੇ ਨੇ। ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਹੈ, ਅੱਠ ਸੱਤ ਤੀਰਥ ਜੈ ਸਾਧ ਪੱਗ ਧਰੈ ਜਹਿ ਬੈਕੁੰਠ ਤੈ ਨਾਮ ਉਚਰੈ। ਕਹਿੰਦੇ ਜਿੱਥੇ ਸਾਧੂ ਆਪਣੇ ਚਰਨ ਪਾ ਦੇਣ ਉੱਥੇ ਠਾਹਰ ਤੀਰਥ ਬਣ ਜਾਂਦੇ ਨੇ, ਜਿੱਥੇ ਬੈਠ ਕੇ ਭਜਨ ਕਰ ਦੇਣ ਨਾਮ ਜਪ ਲੈਣ ਉੱਥੇ ਬੈਕੁੰਠ ਨਗਰੀ ਬਣ ਜਾਂਦੀ ਹੈ। ਅੱਜ ਇਹ ਬੈਕੁੰਠ ਨਗਰੀ ਬਣ ਗਈ ਹੈ, ਜਿੱਥੇ ਇਹਨਾਂ ਦੀ ਅਪਾਰ ਕਿਰਪਾ ਦਾ ਸਦਕਾ ਆਪਾਂ ਜੋਧਿਆਂ ਦੇ ਜੁੱਟ ਦਾ ਆਨੰਦ ਮਾਣ ਰਹੇ ਹਾਂ। ਸੁਖਬੀਰ ਪਹਿਲਵਾਨ ਭੂਆ ਤਮਲੀ, ਸੁਖਬੀਰ ਪਹਿਲਵਾਨ ਭੂਆ ਤਮਲੀ 110 ਨੰਬਰ ਪਰਚੀ ਵਾਲਾ ਪਹਿਲਵਾਨ ਮੇਰੇ ਕੋਲ ਪਹੁੰਚ ਗਿਆ, ਇਹਦੇ ਨਾਲ ਦਾ ਪਹਿਲਵਾਨ ਪਹੁੰਚੋ ਜੀ। ਸੁਖਬੀਰ ਪਹਿਲਵਾਨ ਭੂਆ ਤਮਲੀ ਵਾਲਾ ਪਹੁੰਚ ਗਿਆ ਜੀ। ਲਓ ਜੀ, ਸਾਡੇ ਵਿੱਚ ਪੱਪੂ ਪਹਿਲਵਾਨ, ਪੱਪੂ ਪਹਿਲਵਾਨ ਜੀ ਭਾਸਲਾ, ਗੇਜਾ ਪਹਿਲਵਾਨ ਜੀ, ਭਜੀ ਪਹਿਲਵਾਨ ਜੀ, ਇਹ ਆਪਣੇ ਸਮੇਂ ਦੇ ਦੁਆਬੇ ਦੇ ਬੜੇ ਮਸ਼ਹੂਰ ਪਹਿਲਵਾਨ ਹੋਏ ਨੇ ਤੇ ਪੱਪੂ ਪਹਿਲਵਾਨ ਜੀ ਪਾਸਲਾ, ਇਹਨਾਂ ਦਾ ਛੋਟਾ ਭਰਾ ਜੋੜਾ ਪਹਿਲਵਾਨ ਅੱਜ ਪਹਿਲਵਾਨੀ ਖੇਤਰ ਬੱਲੇ ਬੱਲੇ ਕਰਵਾ ਰਿਹਾ ਹੈ ਤੇ ਬਿੱਲਾ ਪਹਿਲਵਾਨ ਜੀ ਕਾਨਾ ਢੇਸੀਆਂ ਵਾਲੇ, ਉਹ ਵੀ ਸਾਡੇ ਵਿੱਚ ਪਹੁੰਚ ਗਏ ਨੇ। ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। 110 ਨੰਬਰ ਪਰਚੀ ਵਾਲਾ 310 ਜੀ, ਚਲੋ ਵੀ ਕਰੋ ਕੁਸ਼ਤੀ ਸ਼ੁਰੂ। ਲਓ ਜੀ, ਹੌਲੀ ਹੌਲੀ ਕੁਸ਼ਤੀ ਪ੍ਰੇਮੀਆਂ ਦਾ ਇਕੱਠ ਹੁੰਦਾ ਹੋਇਆ ਬਹੁਤ ਹੀ ਵਧੀਆ ਕੁਸ਼ਤੀਆਂ ਤੁਹਾਨੂੰ ਅੱਜ ਦਿਖਾਈਆਂ ਜਾਣਗੀਆਂ। ਇਸ ਕੁਸ਼ਤੀ ਨੂੰ ਮਾਣ ਬਖਸ਼ਿਆ ਗੁੱਡਾ ਜਾਹਰ ਪੀਰ ਜੀ, ਜਿਨ੍ਹਾਂ ਦਾ ਗੋਤ ਚੌਹਾਨ ਸੀ। ਕੁਸ਼ਤੀ ਪ੍ਰੇਮੀਓ, ਰਾਜਸਥਾਨ ਦੇ ਜ਼ਿਲ੍ਹਾ ਗੰਗਾ ਨਗਰ ਦੇ ਵਿੱਚ ਬਾਗੜ ਵਿਖੇ ਉਹਨਾਂ ਦਾ ਸਭ ਤੋਂ ਵੱਡਾ ਸਥਾਨ ਹੈ। ਕੁਸ਼ਤੀ ਪ੍ਰੇਮੀਓ, ਜਿਵੇਂ ਮੁਸਲਮਾਨਾਂ ਦਾ ਮੱਕਾ ਮਦੀਨਾ,
ਤੇ ਸਿੱਖਾਂ ਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਤੇ ਹਿੰਦੂਆਂ ਦਾ ਗਿਆ ਜੀ ਤੇ ਹਰਿਦੁਆਰ ਵੱਡੇ ਸਥਾਨ ਨੇ। ਇਸ ਤਰ੍ਹਾਂ ਗੁੱਗਾ ਜਾਰ ਪੀਰ ਜੀ ਦੇ ਭਗਤਾਂ ਦਾ ਸਭ ਤੋਂ ਵੱਡਾ ਸਥਾਨ ਬਾਗੜ ਦੇ ਵਿੱਚ ਹੈ। ਗੁੱਗਾ ਜਾਹਰ ਪੀਰ ਜੀ ਨੇ ਕਹਿੰਦੇ ਬਠਿੰਡੇ ਦੀ ਕਿਲ੍ਹਾ ਮੁਬਾਰਕ ਦੀ ਰੱਖਿਆ ਲਈ ਆਪਣੇ 142 ਪੁੱਤ ਪੋਤੇ ਭਤੀਜੇ ਸ਼ਹੀਦ ਰਹੇ ਸਨ, ਜਿਨ੍ਹਾਂ ਦੇ ਨਾਂ ਤੇ ਭਾਦਰੋ ਮਹੀਨੇ ਵਿੱਚ ਇਕੱਲੇ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਜੱਪ ਪਾਈਆਂ ਜਾਂਦੀਆਂ ਨੇ। ਗੁੱਗਾ ਜਾਹਰ ਪੀਰ ਜੀ ਨੂੰ ਵੀ ਇਸ ਕੁਸ਼ਤੀ ਦੇ ਮਾਲਕ ਖਾੜੇ ਦੇ ਮੋਢੀ ਮੰਨਿਆ ਗਿਆ ਜੀ। ਲਓ ਜੀ ਜਿਹੜੀ ਅੱਜ ਦੀ ਕੁਸ਼ਤੀ ਹੈ 112 ਨੰਬਰ ਪਰਚੀ, ਲਵਲੀ ਪਹਿਲਵਾਨ ਚੱਕਦਾਨਾ, ਬਲਵਿੰਦਰ ਪਹਿਲਵਾਨ ਰਾਏਪੁਰ ਡੱਬਾ, ਇਹ ਜਿਹੜੀ ਆ ਕੁਸ਼ਤੀ ਹੈ ਮਾਨਯੋਗ ਸਰਦਾਰ ਸਿੰਘ ਜੀ ਕੋਲ ਤੁਸੀਂ ਰਿਪੋਰਟ ਕਰੋ ਜੀ। ਹਾਂ ਵੀ ਅਗਲੀ ਪਰਚੀ ਵਾਲੇ ਪਹਿਲਵਾਨ ਮੇਰੇ ਕੋਲ ਪਰਚੀ ਤੇ ਆਪਣੀ ਜਾਣ ਪਹਿਚਾਣ ਕਰਾ ਕੇ ਕੁਸ਼ਤੀ ਸ਼ੁਰੂ ਕਰ ਲਿਓ। ਜਿਹੜੀ ਅਗਲੀ ਕੁਸ਼ਤੀ ਹੈ ਸਤਨਾਮ ਪਹਿਲਵਾਨ ਚੱਕਦਾਨਾ, ਹੱਥ ਖੜਾ ਕਰ ਲਈ ਪਹਿਲਵਾਨਾ, ਤੇ ਦੀਪਾ ਪਹਿਲਵਾਨ ਵਾੜੋਵਾਲ। ਲਓ ਜੀ ਪਰਚੀ ਲੈ ਕੇ ਉੱਧਰ ਜਿਹੜਾ ਵੀ ਰੈਫਰੀ ਵੇਲਾ ਉਹਦੇ ਕੋਲ ਕੁਸ਼ਤੀ ਸ਼ੁਰੂ ਕਰ ਲਓ। ਹਾਂਜੀ ਦੀਪਾ ਜੀ ਇਹ ਕੁਸ਼ਤੀ ਇੱਧਰ ਲਗਾਓ ਜਾਂ ਇੱਥੇ ਲਿਆਓ ਕੁਸ਼ਤੀ, ਬਾਬਾ ਜੀ ਦੇਖ ਲੈਣ ਮੱਕਾ ਕਰਕੇ ਜਾਣਿਆ ਜਾਂਦਾ। ਇਸ ਦੇ ਵਿੱਚ ਸਿੰਘ ਜੀ ਰੁਸਤਮਨ ਭਾਰਤੀ ਸ੍ਰੀ ਪਹਿਲਵਾਨ ਹੋਏ ਨੇ, ਜਿਨ੍ਹਾਂ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਰਾਏਪੁਰ ਡੱਬੇ ਦਾ ਨਾਮ ਰੋਸ਼ਨ ਕੀਤਾ ਹੈ। ਉਸ ਤੋਂ ਬਾਅਦ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਤੇ ਉਹਨਾਂ ਨੇ ਵੀ ਪਹਿਲਵਾਨੀ ਕੀਤੀ ਹੈ। ਉਸ ਤੋਂ ਬਾਅਦ ਉਹਨਾਂ ਦਾ ਪੁੱਤਰ ਸਨੀ ਗਿੱਲ, ਉਸ ਪਹਿਲਵਾਨ ਨੇ ਭਾਰਤ ਕੇਸਰੀ ਤੇ ਭਾਰਤ ਕੁਮਾਰ ਦਾ ਖਿਤਾਬ ਜਿੱਤਿਆ ਰਾਏਪੁਰ ਡੱਬਾ, ਤੇ ਉਹਦੇ ਨਾਲ ਕੁਸ਼ਤੀ ਅਮਨਾ ਪਹਿਲਵਾਨ ਬਾੜੋਵਾਲ, ਦੋਨੇ ਪਹਿਲਵਾਨ ਪਰਚੀ ਲੈ ਲਓ ਬਈ, ਰੈਫਰੀ ਨੂੰ ਪਰਚੀ ਫੜਾ ਕੇ ਉੱਧਰ ਕੁਸ਼ਤੀ ਸ਼ੁਰੂ ਕਰ ਲਓ। ਅਨੁਸ਼ਾਸਨ ਦੇ ਵਿੱਚ ਕੁਸ਼ਤੀ ਦੰਗਲ ਹੋ ਰਿਹਾ ਹੈ। ਇੱਕ ਕੁਸ਼ਤੀ ਪ੍ਰੇਮੀਆਂ ਨੂੰ ਬੇਨਤੀ ਹੈ, ਬੇਜੇਤੇ ਦਾ ਸੰਚਾਲਕ ਵਧੀਆ ਚੱਲ ਰਿਹਾ ਹੈ, ਤੁਹਾਨੂੰ ਅਨੁਸ਼ਾਸਨ ਦੇ ਵਿੱਚ ਕੁਸ਼ਤੀ ਦੰਗਲ ਵਧੀਆ ਲੱਗ ਰਿਹਾ ਹੈ, ਕੋਈ ਖਰਚ ਨਹੀਂ ਪੈਂਦੀ, ਇੱਕ ਬੇਨਤੀ ਹੈ ਇੱਕ ਵਾਰ ਤਾੜੀ ਜ਼ਰੂਰ ਮਾਰ ਦਿਓ ਸਾਰੇ ਕੁਸ਼ਤੀ ਪ੍ਰੇਮੀਆਂ ਨੂੰ ਬੇਨਤੀ। ਵਾਹ ਜੀ ਵਾਹ, ਬੜੇ ਹੀ ਅਨੁਸ਼ਾਸਨ ਦੇ ਵਿੱਚ ਅਸੀਂ ਘੋਲ ਕਰਾਉਂਦੇ ਹਾਂ। ਕਿਸੇ ਵੀ ਵਾਧੂ ਪਹਿਲਵਾਨ ਨੂੰ ਖਾੜੇ ਵਿੱਚ ਆਉਣ ਦੀ ਇਜਾਜ਼ਤ ਨਹੀਂ, ਕਿ ਜਿਹੜਾ ਵੀ ਪਹਿਲਵਾਨ ਅੰਦਰ ਆਊਗਾ ਤੇ ਉਹਨੂੰ ਫੇਰ ਨਾ ਕਿਉਂਕਿ ਬੇਇੱਜ਼ਤੀ ਹੁੰਦੀ ਹੈ। ਅਨੁਸ਼ਾਸਨ ਦੇ ਪਰ ਕੁਸ਼ਤੀ ਦੰਗਲ ਦਿਖਾਉਣਾ ਹੈ ਕਿ ਬਹੁਤ ਵਧੀਆ ਕੁਸ਼ਤੀਆਂ ਹੋਣੀਆਂ ਨੇ। ਇੱਧਰ ਸਰਦਾਰ ਸਰਬਜੀਤ ਸਿੰਘ ਜੀ ਜੋ ਕਿ ਕੁਸ਼ਤੀ ਦੇ ਸੱਚੇ ਆਸ਼ਕ ਨੇ, ਪ੍ਰਮੋਟਰ ਨੇ, ਹਰ ਇੱਕ ਕੁਸ਼ਤੀ ਦੰਗਲ ਦੇ ਪਾਉਂਦੇ ਨੇ, ਪਹਿਲਵਾਨਾਂ ਦੇ ਬਾਰੇ ਵੀ ਇਹਨਾਂ ਨੂੰ ਬਹੁਤ ਗਿਆਨ ਹੈ। ਅੱਜ ਇਹਨਾਂ ਦੀ ਬਦੌਲਤ ਬਾਬਾ ਜੀ ਦੀ ਪਾਰ ਕਿਰਪਾ ਸਦਕਾ ਸੰਗਤਾਂ ਦੇ ਦਰਸ਼ਨ ਹੋਏ ਨੇ, ਬਹੁਤ ਵਧੀਆ ਕੁਸ਼ਤੀਆਂ। ਲਓ ਜੀ ਉੱਧਰ ਸਾਡੇ ਸਤਿਕਾਰ ਜੋ ਬੁੱਧ ਸਿੰਘ ਪਹਿਲਵਾਨ ਜੀ ਧਲੇਤਾ, ਬੁੱਧ ਸਿੰਘ ਪਹਿਲਵਾਨ ਜੀ ਦੇ ਧਲੇਤੇ ਵਾਲੇ ਸਾਡੇ ਵਿੱਚ ਪਹੁੰਚ ਗਏ ਨੇ। ਇਹ ਵੀ ਕਰੋੜਾਂ ਦੀ ਬਜਟ ਦੇ ਨਾਲ ਜਿਹੜਾ ਖਾਣਾ ਬਣਾ ਰਹੇ ਨੇ, ਤੇ ਇਹਨਾਂ ਨੇ ਆਪ ਬਹੁਤ ਵਧੀਆ ਭਲਵਾਨੀ ਕੀਤੀ ਹੈ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਂ ਤੇ ਬਾਹਰਲੇ ਦੇਸ਼ਾਂ ਨੇ ਇੰਗਲੈਂਡ ਦੇ ਵਿੱਚ ਵੀ ਇਹਨਾਂ ਦਾ ਅਖਾੜਾ ਚੱਲਦਾ, ਆਪਣੇ ਨਗਰ ਵਿਖੇ ਵੀ ਬਹੁਤ ਵਧੀਆ ਅਖਾੜਾ ਚਲਾ ਰਹੇ ਨੇ। ਉੱਧਰ ਕ੍ਰਿਸ਼ਨ ਕੋਚ ਸਾਹਿਬ ਜੀ ਉਹ ਵੀ ਇਹਨਾਂ ਦੇ ਨਾਲ ਪਹੁੰਚੇ ਨੇ, 35-40 ਬੱਚੇ ਇਹਨਾਂ ਕੋਲ ਟ੍ਰੇਨਿੰਗ ਲੈਂਦੇ ਨੇ। ਗਰੀਬ ਬੱਚਿਆਂ ਦੇ ਲਈ ਇਹ ਮੁਫਤ ਖੁਰਾਕ ਵੀ ਦੇਣ, ਰਹਿਣ ਦਾ ਵੀ ਇਹਨਾਂ ਕੋਲ ਬਹੁਤ ਵਧੀਆ ਪ੍ਰਬੰਧ ਹੈ। ਤੇ ਸਾਡੇ ਵਿੱਚ ਬੁੱਧ ਸਿੰਘ ਪਹਿਲਵਾਨ ਜੀ ਧਰਤੇ ਵਾਲੇ ਪਹੁੰਚੇ ਨੇ, ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਤੇ ਬੜੇ ਸਾਊ ਸੁਭਾਅ ਦੇ ਮਾਲਕ ਨੇ ਕਿ ਇਹਨਾਂ ਦਾ ਵੀ ਬੜਾ ਨਾਂ ਹੈ ਦੇਸ਼ਾਂ ਦੇ ਵਿੱਚ ਵੀ, ਤੇ ਪੰਜਾਬ ਦੇ ਵਿੱਚ ਇਹਨਾਂ ਦਾ ਫੁੱਲ ਨਾਂ ਸਿੰਘਾਂ ਦੇ ਵਿੱਚ। ਅੱਜ ਵੀ ਆਪਣੇ ਪਹਿਲਵਾਨ ਨੂੰ ਲੈ ਕੇ ਇੱਥੇ ਪਹੁੰਚੇ ਨੇ, ਅਸੀਂ ਸਰਦਾਰ ਬੁੱਧ ਸਿੰਘ ਪਹਿਲਵਾਨ ਧਰਤੇ ਵਾਲੇ ਜੀ ਦਾ ਇੱਥੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਸਟੂਡੀਓ ਵਾਲੇ ਵੀਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੀ। ਲਾਲ ਸਟੂਡੀਓ ਮੁਕੰਦਪੁਰ ਬਹੁਤ ਵਧੀਆ ਕਵਰੇਜ ਕਰ ਰਹੇ ਨੇ ਵੀ, ਇਹਦੀਆਂ ਸੀਡੀਆਂ ਬਣਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਆਈ ਭਰਾ ਨੇ ਉਹਨਾਂ ਨੇ ਵੀ ਇਹ ਕੁਸ਼ਤੀ ਦੰਗਲ ਦਾ ਆਨੰਦ ਲੈਣਾ। ਤੇ ਲਾਲ ਸਟੂਡੀਓ ਮੁਕੰਦਪੁਰ ਵਾਲੇ ਮੇਰੇ ਵੀਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ। ਉੱਧਰ ਗੱਦੀ ਮਸ਼ੀਨ ਬਾਬਾ ਰਾਮ ਲਵਾਇਆ ਜੀ ਬੈਠੇ ਨੇ, ਤੇ ਉਹਨਾਂ ਦੇ ਕੋਲ ਬਾਬਾ ਸੰਦੇਸ਼ ਸਾਹਿਬ ਜੀ ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਦੇ ਰਹੇ ਨੇ। ਬੇਨਤੀ ਆਈ ਆ ਬਾਬਾ ਜੀ ਵੱਲੋਂ ਵੀ ਕਿਸੇ ਵੀ ਮੇਰੇ ਵੀਰ ਨੇ ਨਸ਼ੇ ਦੀ ਹਾਲਤ ਦੇ ਵਿੱਚ ਭਾਵ ਸ਼ਰਾਬ ਪੀ ਕੇ ਕੁਸ਼ਤੀ ਦੰਗਲ ਦੇ ਵਿੱਚ ਨਹੀਂ ਆਉਣਾ, ਵਿਗੜ ਨਹੀਂ ਪਾਉਣਾ, ਅਨੁਸ਼ਾਸਨ ਭੰਗ ਨਹੀਂ ਕਰਨਾ, ਮਰਜ਼ਾਦਾ ਕਾਇਮ ਰੱਖਣੀ ਹੈ। ਜਿਹੜਾ ਵੀ ਮੇਰਾ ਵੀਰ ਕੋਈ ਗਲਤੀ ਕਰੂੰਗਾ ਆਪਣੀ ਇੱਜ਼ਤ ਆਪ ਜ਼ਿੰਮੇਵਾਰ ਹੈ। ਫਿਰ ਨਾ ਕਹੋ ਕਿ ਪ੍ਰਬੰਧਕਾਂ ਨੇ ਮਾਮਾ ਤੋਂ ਫੜ ਕੇ ਇਸ ਤਰ੍ਹਾਂ ਬਾਹਰ ਕੱਢ ਦੇਣਾ ਜਿਵੇਂ ਖੰਡ ਪਾਠ ਵਾਲਿਆਂ ਤੋਂ ਘਰੋਂ ਸ਼ਰਾਬੀ ਨੂੰ ਕੱਢਦੇ ਨੇ। ਨਿਮਰਤਾ ਸਾਹਿਬ ਬੇਨਤੀ ਹੈ ਕਿਸੇ ਵੀ ਮੇਰੇ ਵੀਰ ਨੇ ਨਸ਼ੇ ਦੀ ਹਾਲਤ ਦੇ ਵਿੱਚ ਖਾੜੇ ਪਾਤਸ਼ਾਹ ਚ ਨਹੀਂ ਆਉਣਾ। ਇਹ ਯੋਧਿਆਂ ਦਾ ਯੁੱਧ ਹੈ, ਰਣ ਭੂਮੀ ਦਾ ਮੈਦਾਨ ਹੈ ਕਿ ਕਈ ਵਾਰ ਕਿਸੇ ਜਵਾਨ ਦੇ ਸੱਟ ਫੇਟ ਲੱਗ ਜਾਂਦੀ ਹੈ। ਕਿਸੇ ਵੀ ਮੇਰੇ ਵੀਰ ਨੇ ਨਸ਼ੇ ਦੀ ਹਾਲਤ ਦੇ ਵਿੱਚ ਖਾੜੇ ਪਾਤਸ਼ਾਹ ਦੇ ਵਿੱਚ ਨਹੀਂ ਆਉਣਾ ਜੀ। ਬਹੁਤ ਵਧੀਆ ਕੁਸ਼ਤੀਆਂ ਚੱਲਦੀਆਂ ਹੋਈਆਂ ਤੇ ਬਹੁਤ ਹੀ ਵਧੀਆ ਮਾਹੌਲ, ਢੋਲੀ ਵੀਰ ਵੀ ਬਹੁਤ ਵਧੀਆ ਢੋਲ ਵਜਾ ਰਹੇ ਨੇ। ਇੱਕ ਵਾਰ ਪੀਰਾਂ ਦੇ ਨਾਂ ਤੇ ਵੀ ਢੋਲ ਵਜਾ ਦਿਓ ਨੌਜਵਾਨੋ, ਬਹੁਤ ਵਧੀਆ ਢੋਲ ਵੱਜ ਰਿਹਾ ਜੀ। ਹਾਂਜੀ, ਇੱਕ ਵਾਰ ਪਾਣੀ ਵਾਲੇ ਵੀਰ ਨੂੰ ਜ਼ਰੂਰ ਬੇਨਤੀ ਹੈ, ਕਿਉਂਕਿ ਜਿਹੜੀ ਇਹ ਸੇਵਾ ਹੈ ਇਹ ਬਿਨਾਂ ਕਰਮਾਂ ਤੋਂ ਨਹੀਂ ਮਿਲਦੀ। ਗੁਰਬਾਣੀ ਦੇ ਵਿੱਚ ਲਿਖਿਆ ਬਿਨ ਸੇਵਾ ਧਿਰਕ ਹੱਥ ਪੈਰ ਹੋਰ ਨਿਰਭਰ ਕਰ ਲਈ। ਬਾਬੇ ਘਨੱਈਏ ਵਾਲੀ ਸੇਵਾ ਕਰ ਲਓ, ਨਹੀਂ ਪਿਲਾਇਆ ਪਾਤਸ਼ਾਹ ਗਹਿਰਾਂ ਨੂੰ ਪਾਣੀ, ਸਾਰਿਆਂ ਵਿੱਚੋਂ ਤੂੰ ਦਿਸਦਾ ਹੈ ਅੱਜ ਨੂੰ ਕਹਾਣੀ। ਜਿਹੜਾ ਬਾਬਾ ਘਨੱਈਆ ਸੀ ਉਹ ਦੁਸ਼ਮਣਾਂ ਨੂੰ ਤੇ ਸਿੰਘਾਂ ਨੂੰ ਪਾਣੀ ਪਿਲਾਈ ਜਾਂਦਾ ਸੀ, ਉਹਦੀ ਸ਼ਿਕਾਇਤ ਕਰਤੀ ਸਿੰਘਾਂ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ, ਉਹਨੂੰ ਆ ਕੇ ਤਾੜਨਾ ਕੀਤੀ ਤਾਂ ਉਹਨੇ ਕਿਹਾ ਬਾਬਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੈਨੂੰ ਤਾਂ ਸਾਰਿਆਂ ਦੇ ਵਿੱਚੋਂ ਤੂੰ ਦਿਸਦਾ, ਇਹ ਬਹੁਤ ਵੱਡੀ ਸੇਵਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੰਨੇ ਖੁਸ਼ ਹੋਏ
ਤੇ ਮਲਮ ਪੱਟੀ ਜਿਹੜੀ ਦਿੱਤੀ ਕਹਿੰਦੇ ਸਾਰਿਆਂ ਦੇ ਮਲਮ ਪੱਟੀ ਵੀ ਕਰੀ ਜਾ। ਅੱਜ ਬਾਬਾ ਕਨਈਆ ਜੀ ਦੇ ਕਈ ਸੰਸਥਾ ਵੀ ਚੱਲਦੀਆਂ ਨੇ, ਨਿਮਰਤਾ ਸਾਹਿਬ ਬੇਨਤੀ ਆ ਵੀ ਬਾਬੇ ਕਨਈਏ ਵਾਲੀ ਸੇਵਾ ਨਾਲ ਦੀ ਨਾਲ ਕਰੀ ਜਾਣਾ। ਜਿਹੜਾ ਅੱਜ ਆਪਣੇ ਹੱਥਾਂ ਦੇ ਨਾਲ ਸੇਵਾ ਕਰੂੰਗਾ ਪੈਸਾ ਨਹੀਂ ਦੇ ਸਕਦਾ ਉਹਦਾ ਵੀ ਉਹਨੇ ਫਲ ਮਿਲਣਾ ਨੂੰ। ਸੇਵਾ ਬਹੁਤ ਵੱਡੀ ਗੁਰਬਾਣੀ ਦੇ ਵਿੱਚ ਲਿਖਿਆ, ਬਿਨ ਸੇਵਾ ਧਿਰ ਗਾਤ ਪੈ ਹੋਰ ਨਿਰਭਰ ਕਰਨੀ। ਇਹ ਹੱਥਾਂ ਨੂੰ ਧਿਰਕ ਲਿਖਿਆ ਜਿਹੜਾ ਬੰਦਾ ਸੇਵਾ ਨਹੀਂ ਕਰਦਾ। ਨਿਮਰਤਾ ਸਾਹਿਬ ਬੇਨਤੀ ਹੈ ਮੇਰੇ ਵੀਰਾਂ ਨੂੰ, ਪਾਣੀ ਦੀ ਸੇਵਾ ਕਰੀ ਜਾਓ, ਰੈਫਰੀਆਂ ਨੂੰ ਵੀ, ਤੇ ਇੱਕ ਨਦੀ ਘੁੱਟ ਮੈਨੂੰ ਪਿਆ ਲਿਆ ਕਰੋ ਬਿਜਲੀ, ਕਿਉਂਕਿ 3-4 ਘੰਟੇ ਕੰਮ ਚੱਲਣਾ ਹੈ। ਬਹੁਤ ਵਧੀਆ ਕੁਸ਼ਤੀਆਂ ਆਉਣੀਆਂ ਨੇ ਤੇ ਬਹੁਤ ਹੀ ਵਧੀਆ ਮਾਹੌਲ। ਹੈਲੋ ਜੀ, ਸਮੇਂ ਦਾ ਧਿਆਨ ਰੱਖ ਕੇ ਕੋਸ਼ਿਸ਼ ਕਰਾਓ ਜੀ। ਹਾਂ ਠੀਕ ਹੈ, ਸਮੇਂ ਦੇ ਚੱਲ ਰਹੀਆਂ ਨੇ ਜੀ, ਹਲੇ ਛੋਟੇ ਬੱਚੇ ਦੀਆਂ ਕੁਸ਼ਤੀਆਂ ਠੀਕ ਚੱਲ ਰਹੀਆਂ ਜੀ। ਕਰੈਫਰੀ ਦੀਆਂ ਨੂੰ ਬੇਨਤੀ ਹੈ, ਮਹਿੰਦਰ ਸਿੰਘ ਪਹਿਲਵਾਨ ਜੀ ਚੌੜਾ ਤੇ ਬਲਿਹਾਰ ਸਿੰਘ ਜੀ ਦੀਪਾ ਜੀ, ਤੁਸੀਂ 10-8 ਮਿੰਟ ਕੁਸ਼ਤੀ ਕਰਵਾ ਲਿਆ ਕਰੋ, ਬਾਅਦ ਵਿੱਚ ਨਹੀਂ ਕੁਸ਼ਤੀ ਸਮਾਪਤ ਹੁੰਦੀ ਤਾਂ ਪੁਆਇੰਟ ਤੇ ਕੁਸ਼ਤੀ ਕਰਵਾ ਲਿਆ ਕਰੋ। ਓਲੰਪਿਕ ਦੇ ਤੱਕ ਠੀਕ ਹੈ, ਜੋ ਸਮਾਂ ਕਰਾ ਲਓ ਤੁਸੀਂ 15 ਮਿੰਟ ਵਾਲੇ, ਜ਼ਿਆਦਾ ਨਹੀਂ 10 ਮਿੰਟ ਕੁਸ਼ਤੀ ਕਰਾਓ ਛੋਟੀ, ਕਿਉਂਕਿ ਫਿਰ ਸਮਾਂ ਵੱਧ ਹੋ ਜਾਣਾ। 10 ਮਿੰਟ ਕਰਾ ਲਓ ਛੋਟੀਆਂ, ਵੱਡੀਆਂ 15 ਮਿੰਟ ਕਰਾ ਲਓ। ਲਓ ਜੀ, ਲਾਲ ਸਟੂਡੀਓ ਕਰਤਪੁਰ, ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਬਹੁਤ ਵਧੀਆ ਕਵਰੇਜ ਕਰ ਰਹੇ ਨੇ, ਹੌਲੀ ਹੌਲੀ ਕੁਸ਼ਤੀ ਪ੍ਰੇਮੀਆਂ ਦਾ ਇਕੱਠ ਹੁੰਦਾ ਹੋਇਆ। ਲਓ ਜੀ, ਇੱਕ ਕਵੀ ਨੇ ਬਹੁਤ ਸੋਹਣਾ ਲਿਖਿਆ, ਕਹਿੰਦਾ ਧਰਮ ਪਾਲਣਾ ਔਖਾ ਜਾਰੋ ਨਾ ਖੇਡ ਖੇਡਣੀ ਸੌਖੀ, ਦੋਨੋ ਜਣੇ ਤੜਕੇ ਉੱਠ ਗਏ ਇੱਕ ਭੱਜਦਾ ਇੱਕ ਪੜ੍ਹਦਾ ਪੋਥੀ, ਧਰਮ ਦਾ ਲੇਖਾ ਅਗਲੇ ਜਨਮੀ ਕਰਨ ਖੇਡ ਦਾ ਫੈਸਲਾ, ਲੋਕੀ ਰੱਬਾ ਨਵੀਂ ਪਨੀਰੀ ਨੂੰ ਨਸ਼ੇ ਲੱਗਣ ਤੋਂ ਰੋਕੀ, ਰੱਬਾ ਨਵੀਂ ਪਨੀਰੀ ਨੂੰ ਨਸ਼ੇ ਲੱਗਣ ਤੋਂ ਰੋਕੀ। ਬਹੁਤ ਵਧੀਆ ਕੁਸ਼ਤੀ, 118 ਨੰਬਰ ਪਰਚੀ, ਸੰਨੀ ਪਹਿਲਵਾਨ ਭੂਆ ਧਮੜੀ, ਸੰਨੀ ਪਹਿਲਵਾਨ ਭੂਆ ਧਮੜੀ ਵਾਲਾ ਮੇਰੇ ਕੋਲ ਪਹੁੰਚ ਗਿਆ ਬਈ। ਇਹਦਾ ਵਿਰੋਧੀ ਪਹਿਲਵਾਨ ਜਿਹਨੇ ਇਹਦੇ ਨਾਲ ਕੁਸ਼ਤੀ ਲੜਨੀ ਆ, ਫਾੜੇ 500 ਵਿੱਚ ਪਹੁੰਚੋ ਜੀ। ਸੰਨੀ ਪਹਿਲਵਾਨ ਜੀ ਭੂਆ ਧਮੜੀ ਵਾਲਾ ਮੇਰੇ ਕੋਲ ਪਹੁੰਚ ਗਿਆ ਹੈ ਤੇ ਉਹਦਾ ਵਿਰੋਧੀ ਪਹਿਲਵਾਨ ਪਹੁੰਚੋ ਜੀ। ਹੈਲੋ ਜੀ, ਇੱਕ ਮਿੰਟ ਜੀ। ਹਾਂਜੀ, ਜਿਹਨਾਂ ਦਾਨੀ ਸੱਜਣਾ ਨੇ ਛਿੰਝ ਵਾਸਤੇ ਮਾਇਆ ਦਾਨ ਕੀਤੀ ਆ, ਉਹਨਾਂ ਦੇ ਨਾਂ ਇਸ ਤਰ੍ਹਾਂ, ਇਹ ਤੁਹਾਨੂੰ ਪਤਾ 19ਵਾਂ ਛਿੰਝ ਮੇਲਾ ਸਾਧਪੁਰ ਦੇ ਵਿੱਚ ਹੁੰਦਾ, ਜੋ ਕਿ ਤੁਹਾਡੇ ਸਾਹਮਣੇ ਕੁਸ਼ਤੀਆਂ ਬੜੀਆਂ ਵਧੀਆ ਹੋ ਰਹੀਆਂ, ਇਹ ਸਾਰੇ ਨਗਰ ਦਾ ਬੜਾ ਸਹਿਯੋਗ ਆ, ਬਾਹਰੋਂ NRI ਵੀਰਾਂ ਦਾ ਵੀ ਬਹੁਤ ਸਹਿਯੋਗ ਆ। ਸੋ ਮੈਂ ਉਹਨਾਂ ਦੇ ਨਾਂ ਅਨਾਊਂਸ ਕਰਨ ਲੱਗਾ ਜਿਹਨੀ ਸੱਜਣਾ ਨੇ ਦਾਨ ਦਿੱਤਾ। ਇਹਦੇ ਵਿੱਚ ਕਰਨੈਲ ਸਿੰਘ ਨੂਰਪੁਰ ਤੋਂ ਅਮਰੀਕਾ ਨਿਵਾਸੀ 5100 ਰੁਪਏ, ਮੰਗਲ ਸਿੰਘ ਕਾਮੇ ਤੋਂ 10,000 ਰੁਪਏ, ਸੋਹਣ ਸਿੰਘ ਸਾਨੂੰ ਬਤਨ ਸਿੰਘ ਦੇ ਪਰਿਵਾਰ ਵੱਲੋਂ 5,000 ਰੁਪਏ ਸ਼ਬੀਰ ਵਾਸਤੇ ਅਤੇ 5,000 ਰੁਪਏ ਛਿੰਝ ਵਾਸਤੇ। ਇਸ ਤੋਂ ਬਾਅਦ ਤਰਲੋਚਨ ਸਿੰਘ ਸਾਨੂੰ ਗੁਰਮੇਲ ਸਿੰਘ 5100 ਰੁਪਏ, ਬਾਂਤਾ ਪਲੰਬਰ ਸਾਨੂੰ ਮੋਹਣ 3700 ਰੁਪਏ, ਮਨਜੀਤ ਸਿੰਘ ਸਾਨੂੰ ਗੁਰਪਾਲ ਸਿੰਘ ਨੰਬਰਦਾਰ 20,000 ਰੁਪਏ, ਦਰਸ਼ਨ ਸਿੰਘ ਅਤੇ ਗੁਰਦੇਵ ਸਿੰਘ ਸਾਨੂੰ ਜਰਨੈਲ ਸਿੰਘ ਚੋਹੜਾ ਪਰਿਵਾਰ 7,100 ਰੁਪਏ, ਮੱਖਣ ਸਿੰਘ ਸਾਨੂੰ ਮਹਿੰਦਰ ਸਿੰਘ
ਮੌ ਸਾਹਿਬ ਤੋਂ 5100 ਰੁਪਏ, ਸੋਢੀ ਸਿੰਘ ਸਾਨੋ ਭਗਤ ਸਿੰਘ ਜਿਨ੍ਹਾਂ ਨੇ ਕਮਾਇਆ ਸਰਦਾਰ ਕੇਵਲ ਸਿੰਘ ਉਹਨਾਂ ਦੇ ਰਾਹੀਂ ਭੇਜੀ ਹੈ 5000 ਰੁਪਏ, ਗੁਰਮੁਖ ਸਿੰਘ ਸਾਨੋ ਗੁਰਮੇਲ ਸਿੰਘ ਜੋਗਿਆਂ ਦੇ ਪਰਿਵਾਰ ਵੱਲੋਂ 27000 ਰੁਪਏ, ਸਰਬਜੀਤ ਕੌਰ ਵਾਈਫ ਆਫ ਮਨਜੀਤ ਸਿੰਘ ਖਟਕੜ ਪਿੰਡ ਮੰਗੂਵਾਲ ਲਾੜਕੀ ਗੁਰਮੁਖ ਸਿੰਘ ਜੋਗਿਆਂ ਦੇ ਪਰਿਵਾਰ ਉਹਨਾਂ ਵੱਲੋਂ ਵੀ 5000 ਰੁਪਏ, ਹਰਪਾਲ ਸਿੰਘ ਸਾਨੋ ਬਖਸ਼ੀ ਰਾਮ 5100 ਰੁਪਏ, ਦਰਸ਼ਨ ਰਾਮ ਸਾਨੋ ਵਿਸ਼ਨਾ ਰਾਮ 5100 ਰੁਪਏ, ਵਰਿੰਦਰ ਸਿੰਘ ਸੋਢੀ ਠੇਕੇਦਾਰ ਸਾਨੋ ਤਰਸੇਮ ਸਿੰਘ 2100 ਰੁਪਏ, ਤਰਸੇਮ ਲਾਲ ਸਾਨੋ ਕਰਤਾਰ ਚੰਦ ਇੰਗਲੈਂਡ ਵਾਸੀ 2100 ਰੁਪਏ, ਜਸਵੀਰ ਸਿੰਘ ਸਾਨੋ ਕੁਲਦੀਪ ਸਿੰਘ ਮੈਸਤਰੀ 2100 ਰੁਪਏ, ਹਰਵਿੰਦਰ ਸਿੰਘ ਸਾਨੋ ਅਮਰੀਕ ਸਿੰਘ 5000 ਰੁਪਏ, ਗੁਪਤ ਦਾਮ ਇਟਲੀ ਤੋਂ 2100 ਰੁਪਏ, ਅਮਰੀਕ ਸਿੰਘ ਦੀ ਲਾੜਕੀ ਪਿੰਡ ਪਾਲਾ ਤੋਂ 500 ਰੁਪਏ, ਜੋਗਾ ਸਿੰਘ ਪਿੰਡ ਲਿਦੜਾ ਤੋਂ 2000 ਰੁਪਏ, ਮਨਜੀਤ ਸਿੰਘ ਸਾਬਾ ਪੱਕਿਆਂ ਵਾਲੇ ਪਰਿਵਾਰ ਦੇ ਵੱਲੋਂ 5000 ਰੁਪਏ। ਇਸ ਤੋਂ ਅੱਗੇ ਤਾਰਾ ਸਿੰਘ ਸਾਨੋ ਰਤਨ ਸਿੰਘ 5000 ਰੁਪਏ, ਲਕਸ਼ਮਣ ਦਾਸ ਸਾਨੋ ਬਿਸ਼ਨਾ ਰਾਮ 6000 ਰੁਪਏ, ਰਜਿੰਦਰ ਕੌਰ ਪੁੱਤਰੀ ਬਲਿਹਾਰ ਸਿੰਘ ਸਾਨੋ ਗੁਰਮੇਲ ਸਿੰਘ ਜੋਗੇ ਪਰਿਵਾਰ, ਹਾਂਜੀ ਇਹਨਾਂ ਵੱਲੋਂ ਹੋਰ 5570 ਰੁਪਏ, ਹਰਨਾਮ ਦਾਸ ਸਾਨੋ ਭਗਤਾ ਰਾਮ 3100 ਰੁਪਏ, ਐਸ਼ਲੀ ਸਾਨੋ ਡਾਕਟਰ ਅਮਰਜੀਤ ਸਿੰਘ ਸਾਨੋ ਨਿਰੰਜਣ ਸਿੰਘ ਆਸਟ੍ਰੇਲੀਆ ਨਿਵਾਸੀ, ਇਹਨਾਂ ਵੱਲੋਂ ਹਰ ਸਾਲ ਛਿੰਝ ਦੇ ਵਿੱਚ ਕਾਫੀ ਮਾਇਆ ਦਾਨ ਦਿੱਤੀ ਜਾਂਦੀ ਹੈ, ਜੋ ਕਿ ਚੋਢਿਆਂ ਦੇ ਪਰਿਵਾਰ ਵੱਲੋਂ ਐਸ਼ਲੀ ਸਾਨੋ ਡਾਕਟਰ ਅਮਰਜੀਤ ਸਿੰਘ 52025 ਰੁਪਏ, ਭਗਤ ਰਾਮ ਲੁਹਾਇਆ ਜੀ 5000 ਰੁਪਏ, ਚੰਨਾ ਰਾਮ ਸਾਨੋ ਬੂਝਾ ਰਾਮ 4000 ਰੁਪਏ, ਸੰਤੋਖ ਸਿੰਘ ਸਾਨੋ ਮਹਿੰਗਾ ਸਿੰਘ 2000 ਰੁਪਏ, ਧੀਰਾ ਹਲਵਾਈ ਗੁਣਾ ਚੌਰ ਤੋਂ 2100 ਰੁਪਏ, ਜਸਵੀਰ ਸਿੰਘ ਸਾਨੋ ਅਜੀਤ ਸਿੰਘ ਪੱਕਿਆਂ ਵਾਲਿਆਂ ਦੇ ਪਰਿਵਾਰ ਵੱਲੋਂ 10000 ਰੁਪਏ, ਹਰਜੀਤ ਕੌਰ ਡਾਕਟਰ ਜਸਪਾਲ ਸਿੰਘ ਪਿੰਡ ਖਾਨਪੁਰ ਤੋਂ ਇੰਗਲੈਂਡ ਵਾਸੀ 5200 ਰੁਪਏ, ਸਵਰਗਵਾਸੀ ਸਰਦਾਰ ਮੋਹਨ ਸਿੰਘ ਲੰਬੜਦਾਰਾਂ ਦੇ ਪਰਿਵਾਰ ਵੱਲੋਂ 51000 ਰੁਪਏ ਅਤੇ 1 ਕੁਇੰਟਲ ਆਟਾ, ਭਲਵਾਨ ਕੁਲਦੀਪ ਸਿੰਘ ਸਾਨੋ ਜੋਗਿੰਦਰ ਸਿੰਘ ਫੌਜੀ ਉਹਨਾਂ ਵੱਲੋਂ 2500 ਰੁਪਏ, ਬਲਜਿੰਦਰ ਕੁਮਾਰ ਸਾਨੋ ਚੰਨਾ ਰਾਮ ਲਗੇਰੀ ਤੋਂ 5000 ਰੁਪਏ, ਬਲਿਹਾਰ ਸਿੰਘ ਸਾਨੋ ਸਵਰਗੀ ਆਸਾ ਸਿੰਘ ਉਹਨਾਂ ਵੱਲੋਂ 5000 ਰੁਪਏ, ਭਜਨ ਸਿੰਘ ਸਾਨੋ ਬਿਸ਼ਨ ਸਿੰਘ 5000 ਰੁਪਏ, ਸੋਹਣ ਸਿੰਘ ਫੌਜੀ ਸਾਨੋ ਜਗਤ ਸਿੰਘ 5000 ਰੁਪਏ, ਜਸਵੀਰ ਸਿੰਘ ਸਾਨੋ ਨਿਰੰਜਣ ਸਿੰਘ ਪੱਕਿਆਂ ਵਾਲਿਆਂ ਦੇ ਪਰਿਵਾਰ ਵੱਲੋਂ ਇੰਗਲੈਂਡ ਵਾਸੀ 10000 ਰੁਪਏ, ਐਰਵਨ ਸਿੰਘ ਸਾਨੋ ਮੁਖਤਿਆਰ ਸਿੰਘ ਜਥੇਦਾਰ ਅਮਰ ਸਿੰਘ ਦੇ ਪਰਿਵਾਰ ਵੱਲੋਂ 1 ਸੋਨੇ ਦੀ ਮੁੰਦੀ ਅਤੇ 500 ਰੁਪਏ, ਗੱਗੂ ਮੁੰਡੇਰਾ ਤੋਂ ਕਨੇਡਾ ਨਿਵਾਸੀ 5000 ਰੁਪਏ, ਬਲਵੀਰ ਸਿੰਘ ਸਾਨੋ ਮੋਹਨ ਸਿੰਘ ਮੁੰਡੇਰਾ ਤੋਂ 500 ਰੁਪਏ, ਛਗਾਰਾ ਸਿੰਘ ਸਾਨੋ ਕਰਮ ਸਿੰਘ ਮੁੰਡੇਰਾ ਤੋਂ 500 ਰੁਪਏ, ਗਿਆਨ ਸਿੰਘ ਮੁੰਡੇਰਾ ਤੋਂ ਆਪਣੇ ਦੋਹਤਿਆਂ ਦੀ ਖੁਸ਼ੀ ਵਿੱਚ 500 ਰੁਪਏ, ਗੁਰਸਿਮਰਨ ਸਿੰਘ ਛੇਰਗਿੱਲ ਜਗਤਪੁਰ ਤੋਂ 500 ਰੁਪਏ, ਜੈਵੀਰ ਸਿੰਘ ਰਾਏ ਮੋਰਾ ਵਾਲੀ ਤੋਂ 500 ਰੁਪਏ, ਹਰਜੀਤ ਸਿੰਘ ਗਿਆਨ ਸਿੰਘ ਮੁੰਡੇਰਾ ਤੋਂ 500 ਰੁਪਏ, ਮਿੰਟੂ ਸਾਨੋ ਮੇਜਰ ਰਾਮ ਚੱਕ ਸਾਪੂ ਤੋਂ 500 ਰੁਪਏ, ਜੋਗਾ ਸਿੰਘ ਸਾਨੋ ਗੁਰਦਿਆਲ ਸਿੰਘ ਮੁੰਡੇਰਾ ਤੋਂ 500 ਰੁਪਏ, ਗੁਪਤਦਾਨ ਦਿਆਲਪੁਰ ਤੋਂ 13000 ਰੁਪਏ, ਗੁਪਤਦਾਨ ਅਪਰੇ ਤੋਂ 2100 ਰੁਪਏ, ਗੁਪਤਦਾਨ ਅਪਰੇ ਤੋਂ 500 ਰੁਪਏ।
ਇਹਨਾਂ ਸਾਰੇ ਹੀ ਦਾਨੀ ਸੱਜਣਾ ਨੇ ਜਿਨ੍ਹਾਂ ਦੇ ਦਿਲ ਖੋਲ ਕੇ ਮਾਇਆ ਛਿੰਝ ਵਾਸਤੇ ਅਰਦਾਸ ਕਰਾਈ ਹੈ, ਸਾਰੇ ਹੀ ਨਗਰ ਵਾਸੀਆਂ ਵੱਲੋਂ ਅਤੇ ਬਾਬਾ ਰਾਮ ਲਵਾਇਆ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਸੱਜਣਾ ਦਾ। ਧੰਨਵਾਦ ਜੀ। ਵਾਹ ਜੀ ਵਾਹ। ਲਓ ਜੀ, ਸਰਦਾਰ ਸਰਬਜੀਤ ਸਿੰਘ ਜੀ ਜਿਨ੍ਹਾਂ ਨੇ ਦਾਨੀ ਪੁਰਸ਼ਾਂ ਦੀ ਲਿਸਟ ਪੜ੍ਹੀ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਹੈ, ਚਿੜੀ ਚੂੰਝ ਭਰ ਲੈ ਗਈ ਨਦੀ ਨਾ ਕੱਟਿਓ ਨੀਰ, ਦਾਨ ਦੀਏ ਧਨ ਨਾ ਕੱਟੇ ਕਹਿ ਗਏ ਭਗਤ ਕਬੀਰ, ਦਾਨੀ ਤੇ ਭਗਤ ਸੂਰਮਾ ਤਿੰਨੇ ਜੱਗ ਜਾਂਦੇ ਨੇ, ਮੜੀਆਂ ਤੇ ਲੱਗਦੇ ਮੇਲੀ ਲੋਕੀ ਨਾ ਲੈਂਦੇ ਨੇ। ਇੱਕ ਦਾਨੀ ਭਗਤ ਸੂਰਮਾ ਤਿੰਨੇ ਬੰਦੇ ਆਪਣੇ ਕੁਲ ਦਾ ਨਾਮ ਰਸਨਾ ਜਾਂਦੇ ਨੇ, ਨਹੀਂ ਖੂਹ ਦੀਆਂ ਟਿੰਡਾਂ ਵਾਂਗੂ ਸੰਸਾਰ ਦੇ ਵਿੱਚ ਦੁਨੀਆਂ ਆਉਂਦੀ ਹੈ ਚਲੀ ਜਾਂਦੀ ਹੈ, ਦਾਤਾ ਤੇ ਭਗਤ ਸੂਰਮਾ ਤਿੰਨੇ ਜੱਗ ਜਾਂਦੇ ਨੇ। ਦਾਨੀ ਪੁਰਸ਼ਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਕਿ ਆਪਣੀ ਨੇਕ ਮਾਈ ਸਫਰੀ ਕਰਦੇ ਹੋਏ ਇਸ ਮਹਾਂਕੁਸ਼ਤੀ ਕੁੰਭ ਦੇ ਵਿੱਚ ਇਸ ਭੰਡਾਰੇ ਦੇ ਵਿੱਚ ਆਪਣੀ ਮਾਇਆ ਸਫਰੀ ਕਰ ਰਹੇ ਨੇ, ਅਸੀਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਬਹੁਤ ਵਧੀਆ ਕੁਸ਼ਤੀਆਂ ਹੋ ਰਹੀਆਂ ਨੇ। ਬੱਚੇ ਬਹਿ ਜਾ, ਬਹਿ ਜਾ, ਮਤਲਬ ਬਹਿ ਜਾ, ਪੂਰੀ ਜੋੜੀ ਜੋੜੀ ਅਪਣਾ ਕੇ ਤੁਸੀਂ ਆਈ ਜਾਣਾ। ਤਿੰਨ ਤਿੰਨ ਕੁਸ਼ਤੀਆਂ ਚੱਲਦੀਆਂ ਨੇ। ਪਹਿਲਵਾਨ ਸਾਥੀਆਂ ਨੂੰ ਬੇਨਤੀ ਹੈ ਵੀ ਦੇਖੋ ਜੇ ਆਪਾਂ ਹੀ ਅਨੁਸ਼ਾਸਨ ਭੰਗ ਕਰਨ ਲੱਗ ਗਏ ਤਾਂ ਜਿਹੜੇ ਕੁਸ਼ਤੀ ਦਲਦਲ ਲੋਕ ਕਰਵਾਉਣ ਹਟ ਜਾਣਗੇ। ਕਈ ਵਾਰ ਨਗਰਾਂ ਦੇ ਵਿੱਚ ਦੇਖਿਆ ਨਗਰਾਂ 'ਚ ਖਰਚ ਪੈ ਜਾਂਦੀ ਹੈ, ਕਈ ਕਈ ਚਾਲੀ ਚਾਲੀ ਪੰਜਾਹ ਪਹਿਲਵਾਨ ਖਾੜੇ ਪਾਤਸ਼ਾਹ ਵਿੱਚ ਵੜ ਜਾਂਦੇ ਨੇ ਅਤੇ ਜਿਹੜੇ ਕੁਸ਼ਤੀ ਪ੍ਰੇਮੀਆਂ ਦਾ ਮਨ ਦੁਖੀ ਹੋ ਜਾਂਦਾ ਹੈ ਅਤੇ ਅਨੁਸ਼ਾਸਨ ਦੇ ਵਿੱਚ ਕੁਸ਼ਤੀ ਕੋਲ ਪਹਿਲਵਾਨ ਵੀਰੋ ਜੀ। ਵਾਹ ਜੀ ਵਾਹ। ਲਓ ਜੀ, ਦਾਨੀ ਪੁਰਸ਼ਾਂ ਦੀ ਲਿਸਟ ਦੇ ਵਿੱਚ ਜਿਨ੍ਹਾਂ ਨੂੰ ਵਾਹਿਗੁਰੂ ਨੇ ਹੱਥਾਂ ਦਾ ਸਖੀ ਬਣਾਇਆ, ਜਿਹੜੀ ਮਾਇਆ ਪਰਮੇਸ਼ਰ ਦੀ ਮਾਇਆ, ਆਪਣੀ ਮਾਇਆ ਸਫਰੀ ਕਰ ਰਹੇ ਨੇ। ਪਿੰਡ ਦਿਆਲਪੁਰ ਤੋਂ ਇੰਗਲੈਂਡ ਨਿਵਾਸੀ ਨੇ 13,000 ਰੁਪਇਆ ਸਿੱਧ ਵਾਸਤੇ ਭੇਜਿਆ ਜੀ, ਅਤੇ 8,000 ਰੁਪਇਆ ਗੋਡਾ ਜਾ ਰਪੀਤ ਜੀ ਦੇ ਘੋੜੇ ਦੇ ਸ਼ੀਸ਼ੇ ਵਾਸਤੇ ਗੁਰਤਦਾਨ ਭੇਜਿਆ। ਅਸੀਂ ਉਸ ਦਾਨੀ ਪੁਰਸ਼ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਕਿ 7 ਸਮੁੰਦਰੋਂ ਪਾਰ ਤੇ ਬੜੀ ਸਖਤ ਮਿਹਨਤ ਕਰ ਰਹੇ ਨੇ, ਫਿਰ ਵੀ ਸਾਡੀ ਮਾਂ ਬੋਲ ਜਿਹੜੀ ਕੁਸ਼ਤੀ ਹੈ ਤੇ ਸਾਡੇ ਗੁਰੂਆਂ ਪੀਰਾਂ ਪੀਰਾਂ ਦਾ ਸਤਿਕਾਰ ਕਰਦੇ ਹੋਏ 13,000 ਰੁਪਇਆ ਸਿੰਧ ਕਮੇਟੀ ਦੇ ਲਈ, 8,000 ਰੁਪਇਆ ਗੁੱਗਾ ਜਾਰ ਪੀਰ ਜੀ ਦੇ ਘੋੜੇ ਦੇ ਜੋ ਕਿ ਸ਼ੀਸ਼ਾ ਲੱਗ ਰਿਹਾ ਉਹਦੀ ਸੇਵਾ ਲਈ ਭੇਜਿਆ। ਅਸੀਂ ਮੇਰੇ ਵੀਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਗੋਡਾ ਜਾਰ ਪੀਰ ਜੀ ਨੇਕ ਮਾਈਆਂ ਚ ਵਾਧਾ ਕਰੇ, ਕਹਿੰਦੇ ਜੈ ਦੁਨੀਆ 70 ਆਖਿਰ ਕਹਿੰਦੇ ਵੇਦ ਵਿਚਾਰ। ਵੇਦਾਂ ਦਾ ਵਿਚਾਰ ਹੈ ਕਿ 10 ਗੁਣਾ ਇੱਥੇ ਫਲ ਮਿਲ ਜਾਂਦਾ ਤੇ 70 ਗੁਣਾ ਜਾ ਕੇ ਦਰਗਾਹ ਦੇ ਵਿੱਚ ਫਲ ਮਿਲ ਜਾਂਦਾ। ਦਾਨ ਦੇਣਾ ਕਦੇ ਜਮਾਏ ਦੀ ਕਮੀ ਨਹੀਂ ਆਈ। ਇਹ ਗ੍ਰੰਥਾਂ ਦਾ ਲੇਖ ਹੈ, ਗੁਰਬਾਣੀ ਦਾ ਲੇਖ ਹੈ ਕਿ ਜੇ ਤੁਸੀਂ ਦਾਨ ਕਰੋਗੇ, ਮਾਇਆ ਦਾਨ ਕਰੋਗੇ, ਤੁਹਾਡੀ ਮਾਇਆ ਵੱਧਦੀ ਹੈ। ਜੇ ਤੁਸੀਂ ਮਾੜੇ ਪਾਸੇ ਮਾਇਆ ਲਾਓਗੇ ਤਾਂ ਮਾਇਆ ਘਟਦੀ ਹੈ। ਇਹ ਗ੍ਰੰਥਾਂ ਦਾ ਜੋ ਇਹ ਸਾਡੇ ਗ੍ਰੰਥਾਂ ਨੇ ਲਿਖਿਆ। ਨਿਮਰਤਾ ਸਾਹਿਬ ਬੇਨਤੀ ਹੈ, ਜੇ ਮੇਰਾ ਵੀਰ ਹੋਰ ਕੋਈ ਵੀ ਆਪਣੀ ਪਰਚੀ ਕਟਾਉਣਾ ਚਾਹੁੰਦਾ, ਉੱਧਰ ਸਰਦਾਰ ਸਰਬਜੀਤ ਸਿੰਘ ਜੀ ਬੈਠੇ ਨੇ, ਉਹਨਾਂ ਕੋਲ ਪਰਚੀ ਕਟਾ ਸਕਦਾ ਵਾ, ਨਾਮ ਇੱਥੇ ਰੋਸ਼ਨ ਕੀਤਾ ਜਾਣਾ, ਆਪਣੀ ਨੇਕ ਕਮਾਈ ਸਫਲੀ ਕਰ ਲਓ। ਇੱਧਰ ਬਾਬਾ ਜੀ ਬੈਠੇ ਨੇ ਜੱਦੀ ਨਸੀਨ, ਇਹਨਾਂ ਕੋਲ ਵੀ ਆਪਣਾ ਨਾਮ ਦਰਜ ਕਰਵਾ ਸਕਦੇ ਨੇ। ਕੋਈ ਵੀ ਮੇਰਾ ਵੀਰ ਜੀ ਇੱਥੇ ਮਹਾਂ ਚੱਲਦੇ ਮਹਾਂ ਕੁਸ਼ਤੀ ਘੁੰਮਦੇ ਆਪਣੀ ਨੇਕ ਕਮਾਈ ਸਫਲੀ ਕਰਨਾ ਚਾਹੁੰਦਾ ਤਾਂ ਆਪਣੀ ਨੇਕ ਕਮਾਈ ਸਫਲੀ ਕਰ ਸਕਦਾ ਜੀ।
ਲਓ ਜੀ ਕੁੱਕੂ ਪਹਿਲਵਾਨ ਸੇ ਬੜੀ, ਕੁੱਕੂ ਪਹਿਲਵਾਨ ਜੀ ਸੇ ਬੜੀ, ਇਹਦੇ ਨਾਲ ਕੁਸ਼ਤੀ ਗੁਰਵਿੰਦਰ ਪਹਿਲਵਾਨ ਬਾਹਰੋਂ ਬਾਹਰ ਥੋੜਾ ਪਰਲੇ ਪਾਸੇ ਲੈ ਜਾਓ ਪਹਿਲਵਾਨ ਜੀ, ਕਈ ਵਾਰ ਸੱਟ ਪੇਟ ਲੱਗਦੀ ਹੈ। ਲਓ ਜੀ ਭੂਆ ਤਪੜੀ, ਲਓ ਜੀ ਆਪਣੇ ਵਿੱਚ ਰਾਜੂ ਪਹਿਲਵਾਨ ਜੀ ਮਹਿਤਪੁਰ ਵਾਲੇ ਪਹੁੰਚ ਗਏ, ਰਾਜੂ ਪਹਿਲਵਾਨ ਜੀ ਮਹਿਤਪੁਰ ਉਹ ਵੀ ਸਾਡੇ ਵਿੱਚ ਪਹੁੰਚ ਗਏ ਨੇ, ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਲਓ ਜੀ ਇੱਧਰ ਕੋਚ ਸੁਖਦੇਵ ਸਿੰਘ ਜੀ ਰਾਜਪੁਰ ਡੱਬਾ, ਬਹੁਤ ਵਧੀਆ ਵੀ ਇਹ ਵੀ ਬਹੁਤ ਵਧੀਆ ਬੁਲਾ ਰਹੇ ਨੇ, ਉਹ ਵੀ ਸਾਡੇ ਵਿੱਚ ਪਹੁੰਚੇ ਨੇ, ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਕੋਚ ਸੁਖਦੇਵ ਸਿੰਘ ਜੀ ਰਾਜਪੁਰ ਡੱਬਾ, ਜੋ ਕਿ ਪਹਿਲਵਾਨਾਂ ਦਾ ਮੱਕਾ ਕਰਕੇ ਜਾਣਿਆ ਜਾਂਦਾ ਤੇ ਪਹਿਲਵਾਨੀ ਖੇਤਰ ਦੇ ਵਿੱਚ ਦੁਆਬੇ ਦਾ ਨਾਮ ਰੋਸ਼ਨ ਕੀਤਾ ਰਹਿਪੁਰ ਡੱਬੇ ਨੇ, ਉਹਨਾਂ ਦੇ ਕੋਚ ਸੁਖਦੇਵ ਸਿੰਘ ਜੀ ਇੱਥੇ ਪਹੁੰਚੇ ਨੇ, ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਾਜੀ ਬਾ ਦੇਖੋ ਚੜ੍ਹਦੀ ਬਰੇਸ ਤੇ ਪਹਿਲਵਾਨ ਕੁਸ਼ਤੀਆਂ ਕਰਦੇ ਹੋਏ, ਕਹਿੰਦੇ 30 ਸਾਲ ਤੱਕ ਜੋਬਨ ਰਹਿੰਦਾ ਨਾਂ ਵੜਦੀਆਂ ਸਾਖਾਂ, ਘੋੜੇ ਮਰਦ ਕਦੇ ਬੁੱਢੇ ਨਹੀਂ ਹੁੰਦੇ, ਜਾਂ ਜੋ ਮਿਹਨਤ ਰਾਤਾਂ ਉਹ ਰੁਸ ਕੇ ਵੱਜ ਜਾਏਗੀ, ਜੇ ਗੱਲ ਰਾਹ ਦੀ ਆਖਾਂ ਰੁਸ ਕੇ ਵੱਜ ਜਾਏਗੀ, ਜੇ ਗੱਲ ਰਾਹ ਦੀ ਆਖਾਂ। ਚੜ੍ਹਦੀ ਬਰੇਸ ਤੇ ਪਹਿਲਵਾਨ ਕੁਸ਼ਤੀਆਂ ਕਰਦੇ ਹੋਏ, ਬਹੁਤ ਵਧੀਆ ਸਾਡੀ ਪੰਜਾਬ ਦੀ ਜਿਹੜੀ ਅੱਜ ਨੌਜਵਾਨ ਪੀੜ੍ਹੀ ਹੈ ਇੱਥੇ ਮਿਹਣ ਮਣੀ ਹੁੰਦੀ ਹੋਈ, ਬਹੁਤ ਵਧੀਆ ਤੁਸੀਂ ਓਵਰ ਟੂ ਸਟੇਜ ਜੀ ਬੈਂਕ ਵਾਲੇ ਮਹਿੰਦਰ ਰਾਮ ਸਾਹਿਬ ਨਾਲ ਕਰਮਾ ਰਾਮ ਜੀ 5000 ਰੁਪਈਆ ਛਿੰਝ ਵਾਸਤੇ ਸੇਵਾ ਭੇਜਦੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਬਾਜੀ ਬਾਦਾਨੀ ਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਕਿਉਂਕਿ ਜਿਹੜੀ ਮਾਇਆ ਹੈ ਇਸ ਮਾਇਆ ਦੇ ਨਾਲ ਸਾਧੂਆਂ ਦੇ ਕਾਰ ਚੱਲਦੇ ਨੇ, ਜਿੰਨੇ ਵੀ ਸਾਡੇ ਸਮਾਜ ਦੇ ਕੰਮ ਚੱਲਦੇ ਨੇ, ਦੁਨੀਆਂ ਦੇ ਜੋ ਵੀ ਕੰਮ ਹੋ ਰਹੇ ਨੇ ਸਾਰੇ ਮਾਇਆ ਦੇ ਨਾਲ ਹੋ ਰਹੇ ਨੇ, ਆਪਣੀ ਮਾਇਆ ਸਫਲੀ ਕਰ ਰਹੇ ਨੇ, ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਕਿਉਂਕਿ ਗ੍ਰੰਥਾਂ ਦੇ ਵਿੱਚ 3 ਤਰ੍ਹਾਂ ਦਾ ਨਾਮ ਲਿਖਿਆ, ਜਾਕੇ ਦੇ, ਰਜਾਕੇ ਦੇ, ਸਪਾਕੇ ਦੇ, ਕਹਿੰਦੇ ਜਿੱਥੇ ਦਾਨ ਦੇਣਾ ਚਾਹੀਦਾ ਆਪ ਜਾ ਕੇ ਦੇਣਾ ਚਾਹੀਦਾ, ਰਜਾ ਅਨੁਸਾਰ ਬਿੱਤ ਅਨੁਸਾਰ ਦੇਣਾ ਚਾਹੀਦਾ, ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ। ਕਈ ਵਾਰ ਪਰਮੇਸ਼ਰ ਕਈ ਬੰਦਿਆਂ ਨੂੰ ਮਾਇਆ ਵੱਧ ਦੇਂਦੇ, ਇੱਕ ਜਿਹੜਾ ਦਾਨ ਹੈ ਹੰਕਾਰ ਤੋਂ ਰਹਿਤ ਦਾਨ ਦੇਣਾ ਚਾਹੀਦਾ, ਇਹ ਨਹੀਂ ਕਹਿਣਾ ਕਿ ਮੈਂ ਤਾਂ 10,000 ਰੁਪਇਆ ਦਿੱਤਾ ਤੇ ਦੂਜੇ ਬੰਦੇ ਨੇ 500 ਰੁਪਇਆ ਦਿੱਤਾ, ਰੀਸਾਂ ਕਰਦਾ ਮੇਰੀ ਆ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਲਿਖਿਆ, ਨਾ ਤੇਰਾ ਨਿਰੰਕਾਰ ਹੈ ਨਾ ਲਿਆ ਨਰਕ ਨਾ ਜਾਈਐ, ਜੀਉ ਪਿੰਡ ਸਭ ਸਿਸਦਾ ਦੇ ਖਾਜਾ ਆ ਗਵਾਈਐ, ਜੇ ਲੋੜ ਹੈ ਚੰਗਾ ਆਪਣਾ ਘਰ ਪੁੰਨ ਹੋ ਨੀਚ ਸਦਾਈਐ। ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਆਪਣਾ ਚੰਗਾ ਲੋੜਦਾ ਤਾਂ ਪੁੰਨ ਕਰਕੇ ਆਪ ਜੋ ਆਪਣੀ ਨੀਵਾ ਸਦਾ ਲੈ, ਫਿਰ ਉਹਦਾ ਜਿਹੜਾ ਦਾਨ ਹੈ ਫਲੀ ਭੂਤ ਹੁੰਦਾ। ਗੱਗੀ ਧਲੇਤਾ ਟਿਕਾਣਾ ਕਰ ਲਈ ਗੱਗੀ ਧਲੇਤਾ ਬਲਜਿੰਦਰ ਪਹਿਲਵਾਨ ਬਾੜੋ ਬਾੜੋ ਪਰਚੀ ਅੰਦਰ ਲੈ ਜਾਓ ਤੁਸੀਂ ਉਹ ਮੁੰਡਿਆਂ ਕੋਲ ਚਲੋ ਜਾਓ। ਆਗਲੀ ਕੁਸ਼ਤੀ ਪਿੰਡੂ ਪਹਿਲਵਾਨ ਹਦੀਆਬਾਦ 123 ਨੰਬਰ ਪਰਚੀ, ਗੋਰਾ ਪਹਿਲਵਾਨ ਬਾੜੋ ਬਾੜ ਪਰਚੀ ਲੈ ਕੇ ਜਾਇਆ ਕਰੋ ਮੇਰੇ ਕੋਲ, ਜਿੱਥੇ ਵੀ ਰੈਫਰੀ ਹੋ ਰਵਿੰਦਰ ਪਹਿਲਵਾਨ ਕੋਲ ਚਲੋ, ਪਰਲੇ ਪਾਸੇ ਰਵਿੰਦਰ ਪਹਿਲਵਾਨ ਕੋਲ ਚਲੋ ਵੀ।
ਲਓ ਜੀ ਗੁੰਡਾ ਪਹਿਲਵਾਨ, ਤ੍ਰੇਤਾ ਬੁੱਧ ਸਿੰਘ ਪਹਿਲਵਾਨ ਦਾ ਤਿਆਰ ਕੀਤਾ ਪਹਿਲਵਾਨ, ਮੰਨਾ ਪਹਿਲਵਾਨ ਮੁਕੰਦਪੁਰ ਪਹਿਲਵਾਨ ਬਾਹਰ ਹੋਵੋ, ਬਾਹਰ ਹੋਵੋ, ਤੇਰੇ ਤੇ ਗੁੱਸੇ ਬਾਹਰ ਪਾਓ, ਉਹੀ ਫੇਰ ਗੱਲ ਕਰਨੀ ਬਾਹਰ ਹੋਵੋ, ਹੁਣ ਸ਼ਾਸਨ ਭੰਗ ਨਹੀਂ ਕਰਨਾ, ਬੈਠੋ ਬੈਠੋ, ਤਿੰਨ ਤਿੰਨ ਕੁਸ਼ਤੀਆਂ ਪਹਿਲਵਾਨੋ, ਨਿਮਰਤਾ ਸਾਹਿਬ ਬੇਨਤੀ ਆ ਪਹਿਲਵਾਨ ਵੀਰਾਂ ਨੂੰ ਸ਼ਾਸਨ ਭੰਗ ਨਾ ਕਰੋ, ਤੁਹਾਡੇ ਨਗੋਟੇ ਲੱਗਦੇ ਨੇ, ਤੁਹਾਡੀ ਕੁਸ਼ਤੀ ਹੋਣੀ ਹੈ, ਪੰਜ ਮਿੰਟ ਪਹਿਲਾਂ ਪੰਜ ਮਿੰਟ ਬਾਅਦ ਬਹਿ ਜਾਓ, ਹੁਣ ਸ਼ਾਸਨ ਭੰਗ ਨਾ ਕਰੋ, ਨਿਮਰਤਾ ਸਾਹਿਬ ਬੇਨਤੀ, ਤਿੰਨ ਤਿੰਨ ਦੇਖੋ ਪਹਿਲਾਂ ਤੋਂ ਕੁਸ਼ਤੀਆਂ ਚੱਲਦੀਆਂ ਨੇ, ਤਿੰਨ ਤਿੰਨ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ, ਜਿਹੜੇ ਪਹਿਲਵਾਨ ਦੀ ਮੇਰੇ ਹੱਥ ਵਿੱਚ ਪਰਚੀ ਆ ਗਈ ਉਹਦਾ ਮੈਂ ਨਾਮ ਬੋਲ ਦੇਣਾ, ਇਹ ਨਹੀਂ ਵੀ ਤੁਸੀਂ ਮੇਰੇ ਹੱਥ ਨਾਲ ਝੁੰਮੜ ਪਾ ਲਓ, ਪਹਿਲਵਾਨ ਵੀਰਾਂ ਨੂੰ ਬੇਨਤੀ ਆ ਗਈ ਸ਼ਾਸਨ ਭੰਗ ਨਹੀਂ ਕਰਨਾ, ਜਿਹੜੇ ਵੀ ਪਹਿਲਵਾਨ ਦਾ ਨਾਂ ਲਿਖਿਆ ਜਾਂਦਾ ਵੀ ਉਹ ਪਹਿਲਵਾਨ ਆਪ ਦੇ ਆਪ ਨੂੰ ਗੁਰਮਾ ਲਿਆ ਕਰੋ, ਨਿਮਰਤਾ ਸਾਹਿਬ ਬੇਨਤੀ ਹੈ ਤੇ ਬੈਠੇ ਰਹਿਣਾ ਤੁਸੀਂ ਨੇ, ਜਦੋਂ ਵੀ ਕੋਈ ਕੁਸ਼ਤੀ ਸਮਾਪਤ ਹੁੰਦੀ ਹੈ ਥੋੜੀ ਭੱਜ ਕੇ ਉਹਦੇ ਕੋਲ ਚੱਲਿਆ ਜਾਇਆ ਕਰੋ, ਕਈ ਵਾਰ ਨਹੀਂ ਵੀ ਨਾਂ ਬੋਲਿਆ ਜਾਂਦਾ ਤਾਂ ਤੁਸੀਂ ਪਰਚੀ ਫੜਾ ਕੇ ਕੁਸ਼ਤੀ ਕਰ ਸਕਦੇ ਹੋ ਜੀ, ਨਿਮਰਤਾ ਸਾਹਿਬ ਬੇਨਤੀ ਹੈ ਪਹਿਲਵਾਨ ਵੀਰਾਂ ਨੂੰ, ਤੇ ਦੇਖੋ ਕੁਸ਼ਤੀ ਪ੍ਰੇਮੀਓ ਜਿਹੜੇ ਸਾਡੇ ਛੋਟੇ ਛੋਟੇ ਬੱਚੇ ਨੇ, ਇੱਕ ਕੋਰੇ ਕਾਗਜ਼ ਦੀ ਨਿਆਈ ਨੇ, ਜਿਹੜਾ ਸਾਡਾ ਸਮਾਜ ਸਾਡਾ ਆਲਾ ਦੁਆਲਾ ਉਸ ਕੋਰੇ ਕਾਗਜ਼ ਦੇ ਤੋਂ ਲਿਖਦਾ ਉੱਕਰਦਾ ਉਹੀ ਸਾਡੇ ਬੱਚੇ ਪੜ੍ਹਦੇ ਨੇ, ਅੱਜ ਜਿਹੜੇ ਸਾਡੇ ਸਮਾਜ ਦੇ ਰਸਮ ਰਿਵਾਜ ਸਾਰੇ ਬਦਲ ਗਏ ਨੇ, ਇੱਕ ਕਵੀ ਨੇ ਬਹੁਤ ਸੋਹਣਾ ਲਿਖਿਆ ਕਹਿੰਦਾ ਰਸਮ ਰਿਵਾਜ ਬਦਲ ਗਏ ਸਭੇ ਬਦਲਿਆ ਕੁੱਲ ਬਤੀਰਾ, ਨੂੰ ਤੇ ਧੀ ਦੀ ਪਰਖ ਨਾ ਹੁੰਦੀ ਲੋਕੀ ਕਰਨ ਕਚੀਰਾ, ਟੈਲੀਵਿਜ਼ਨ ਘਰ ਘਰ ਲੱਗੇ ਨੱਚਣ ਰਾਂਝੇ ਹੀਰਾ, ਦੇਖਣ ਕਰ ਬੈਠੇ ਅੱਧ ਨੰਗੀਆਂ ਤਸਵੀਰਾਂ, ਦੇਖਣ ਘਰ ਬੈਠੇ ਅੱਧ ਨੰਗੀਆਂ ਤਸਵੀਰਾਂ, ਅਸਲ ਤਾਂ ਸਾਡੀ ਵਿਰਾਸਤੀ ਖੇਡ ਇਹ ਹੈ ਜਿਹੜੇ ਬਾਬਾ ਜੀ ਸੰਭਾਲਦੇ ਹੋਏ 19ਵਾਂ ਵਿਸਾਲ ਕੁਸ਼ਤੀ ਦੰਗਲ ਕਰਵਾ ਰਹੇ ਨੇ, ਅਸਲ ਜਿਹੜੀ ਖੇਡ ਹੈ ਇਸ ਖੇਡ ਨੂੰ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਮਾਣ ਬਖਸ਼ਿਆ, ਇਸ ਕੁਸ਼ਤੀ ਨੂੰ ਮਾਣ ਬਖਸ਼ਿਆ ਸਿੱਖਾਂ ਦੇ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਆਪਣੇ ਜੀਵਨ ਦਾ ਜ਼ਿਆਦਾਤਰ ਹਿੱਸਾ ਖੰਡੂਰ ਸਾਹਿਬ ਦੀ ਧਰਤੀ ਤੇ ਬਤੀਤ ਕੀਤੇ, ਸ਼ਾਮ ਨੂੰ ਦੀਵਾਨ ਦੀ ਸਮਾਪਤੀ ਤੋਂ ਬਾਅਦ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਸਿੱਧੇ ਮਾਲਖਾਣਾ ਜਾਇਆ ਕਰਦੇ ਸਨ, ਉੱਥੇ ਬੱਚਿਆਂ ਨਾਲ ਖੇਡਾਂ ਖੇਡਿਆ ਕਰਦੇ ਸਨ, ਜਿੱਥੇ ਮੱਲਾਂ ਦਾ ਅਖਾੜਾ ਸੀ ਉੱਥੇ ਮੱਲ ਅਖਾੜਾ ਗੁਰਦੁਆਰਾ ਬਣਿਆ ਹੋਇਆ, 1540 ਈਸਵੀ ਦੇ ਵਿੱਚ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਖੰਡੂਰ ਸਾਹਿਬ ਦੀ ਧਰਤੀ ਦੇ ਉੱਤੇ ਮਾਲਖਾਣਿਆਂ ਦੀ ਸਿਰਜਣਾ ਕੀਤੀ ਹੈ, ਇੱਕ ਕਵੀ ਨੇ ਬਹੁਤ ਸੋਹਣਾ ਲਿਖਿਆ ਹੈ ਭੋਟਾ ਕੁੰਡਾ ਬਦਾਮ ਲੰਗੋਟ ਲੈਣੇ ਜੋ ਪਹਿਲਵਾਨੀ ਦਾ ਮੁੱਢੋਂ ਦਸਤੂਰ ਹੈ ਜੇ ਉੱਥੇ ਜਾਂਦਿਆਂ ਖਾੜਾ ਬਣਵਾ ਲੈਣੇ ਅੰਗਦ ਸਾਹਿਬ ਜੋ ਵਿੱਚ ਖੰਡੂਰ ਹੈ ਜੇ ਅੰਗਦ ਸਾਹਿਬ ਜੋ ਵਿੱਚ ਖੰਡੂਰ ਹੈ ਜੇ ਸਿੱਖਾਂ ਦੇ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਖੰਡੂਰ ਧਰਤੀ ਦੇ ਉੱਤੇ ਮਾਲਖਾੜਿਆਂ ਦੀ ਸਿਰਜਣਾ ਕੀਤੀ ਹੈ ਜੀ, ਬਹੁਤ ਵਧੀਆ ਕੁਸ਼ਤੀਆਂ ਤੇ ਬਹੁਤ ਹੀ ਵਧੀਆ ਮਾਹੌਲ। ਲਓ ਜੀ ਇੱਧਰ ਦਲਵੀਰ ਸਿੰਘ ਜੀ ਪਿੰਡ ਰਾਮਾ ਖੇਲਾ ਤੋਂ ਸਰਪਣ ਪਹਿਲਵਾਨ ਜੀ ਹੋਏ ਨੇ, ਮੇਰੇ ਬੋਲਾਂ ਦਾ ਸਤਿਕਾਰ ਕਰਦੇ ਹੋਏ ਗੁਰਬਾਣੀ ਦਾ ਸਤਿਕਾਰ ਕਰਦੇ ਹੋਏ ਮੇਰਾ ਵੱਡਾ ਮਾਨ ਸਨਮਾਨ ਭੇਜ ਰਹੇ ਨੇ, ਮੈਂ ਦਲਵੀਰ ਪਹਿਲਵਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਾਂ। ਇੱਕ ਮਿੰਟ ਖੜ ਜਾ,
ਓਮੀ ਪਹਿਲਵਾਨ ਭੂਆ ਤਾਪੜੀ ਹੱਥ ਖੜਾ ਕਰ ਰਹੀ ਮਨੀ ਪਹਿਲਵਾਨ ਜੀ ਸੇ ਬੜੀ ਇੱਧਰ ਹੁਣ ਲਿਆ ਲਓ ਜੀ ਰਵਿੰਦਰ ਪਹਿਲਵਾਨ ਭੂਆ ਤਾਪੜੀ ਮਨੀ ਪਹਿਲਵਾਨ ਚੱਕ ਦਣ ਇਹ ਵੀ ਦੋਨੇ ਪਹਿਲਵਾਨ ਆਪਣੇ ਆਪ ਨੂੰ ਨਹੀਂ ਦੇਖ ਨਿਗਾਹ ਕਰੋ ਕੁਸ਼ਤੀਆਂ ਤਿੰਨ ਚੱਲਦੀਆਂ ਚਲੋ ਇੱਧਰ ਬੈਠੋ ਕੁਸ਼ਤੀਆਂ ਤਿੰਨ ਚੱਲਦੀਆਂ ਨੇ ਤੇ ਉਹਦੇ ਬਾਅਦ ਕੁਸ਼ਤੀ ਸ਼ੁਰੂ ਕਰਨੀ ਪਹਿਲਵਾਨ ਵੀਰਾਂ ਨੂੰ ਬੇਨਤੀ ਹੈ ਵੀ ਅਨੁਸ਼ਾਸਨ ਤੋਂ ਬਾਹਰ ਨਹੀਂ ਜਾਣਾ ਸ਼ਾਬਾਸ਼ ਵਾਹ ਢੋਲੀ ਵੀਰੋ ਬੜੀ ਮਰਜ਼ਾਦਾ ਨੇ ਢੋਲ ਵਜਾਉਂਦੇ ਨੇ ਕਈ ਦੰਗਲਾਂ ਦੇ ਵਿੱਚ ਢੋਲ ਨੂੰ ਬੱਜੀ ਉੱਚੀ ਉੱਚੀ ਵਜਾਈ ਜਾਂਦੇ ਨੇ ਤੇ ਨਾ ਹੀ ਕਿਸੇ ਦਾ ਪਤਾ ਲੱਗੇ ਕਿਹੜਾ ਪਹਿਲਵਾਨ ਨੇ ਪ੍ਰਾਪਤੀ ਕੀਤੀ ਹੈ ਕਿਹੜੇ ਅਕਾਲੀ ਪੁਰਸ਼ ਨੇ ਕਿੰਨੀ ਨਮਾਇਆ ਦਿੱਤੀ ਹੈ ਕੋਈ ਨੀ ਪਤਾ ਲੱਗ ਜਾਂਦਾ ਢੋਲ ਵੱਜੀ ਜਾਂਦਾ ਢੋਲ ਵੱਜਣਾ ਵੀ ਬਹੁਤ ਜ਼ਰੂਰੀ ਹੈ ਪਰ ਸਮੇਂ ਦੇ ਨਾਲ ਢੋਲ ਬਹੁਤ ਸੋਹਣਾ ਲੱਗਦਾ ਢੋਲੀ ਵੀਰਾਂ ਨੂੰ ਬੇਨਤੀ ਹੈ ਵੀ ਹੁਣ ਤੁਸੀਂ ਇੱਕ ਜਿਹੜਾ ਢੋਲ ਦਾ ਲਾ ਲਓ ਜੀ ਆਦਰੀ ਕੁਸ਼ਤੀ 122 ਨੰਬਰ ਪਾਚੀ ਨਾਮ ਲਾਤਾ ਜੀ ਸੰਨੀ ਚੌਧਾ ਜੀ ਉਹਦੇ ਨਾਲ ਜੱਸਾ ਪਹਿਲਵਾਨ ਮਾਛੀ ਵਾੜ ਸੰਨੀ ਪਹਿਲਵਾਨ ਚੌਧਾ ਕੋਲ ਹੱਥ ਖੜਾ ਕਰ ਬਈ ਜੱਸਾ ਪਹਿਲਵਾਨ ਮਾਛੀ ਵਾੜ ਦੋਨੇ ਪਹਿਲਵਾਨ ਪਾਚੀ ਵਾੜ ਕੇ ਪਿੱਛੇ ਹੋ ਪਾਚੀ ਵੀ ਜੀ ਲਾਈਬ੍ਰੇਰੀ ਬਣਾਉਣੀ ਹੈ ਪਿੱਛੇ ਉਹ ਪਹਿਲਵਾਨ ਥੋੜ੍ਹਾ ਪਿੱਛੇ ਹੋ ਲਓ ਜੀ ਬਾਬਾ ਜੀ ਵੱਲੋਂ ਬੇਨਤੀ ਆਈ ਹੈ ਕਿ ਜਿਹੜੀ ਅਸੀਂ ਰੱਸੀ ਬੰਨੀ ਹੈ ਇਹ ਤੋਂ ਕਿਸੇ ਵੀ ਮੇਰੇ ਵੀਰ ਨੇ ਅੱਗੇ ਨਹੀਂ ਟੱਪਣਾ ਇਹ ਤੁਸੀਂ ਸਮਝ ਲਓ ਕਿ ਲਾਲ ਲਾਈਟਾਂ ਲਾਈਆਂ ਨੇ ਅਸੀਂ ਨੇ ਇਹ ਲਸਮ ਰੇਖਾ ਕੱਢੀ ਹੈ ਦੇਖੋ ਜਿਹਨੇ ਜਿਹਨੇ ਵੀ ਲਸਮ ਰੇਖਾ ਨੂੰ ਪਾਰ ਕੀਤਾ ਬੜੇ ਦੁੱਖ ਪਾਏ ਨੇ ਮਾਤਾ ਸੀਤਾ ਨੇ ਲਸਮ ਰੇਖਾ ਨੂੰ ਪਾਰ ਕੀਤਾ ਤੇ ਰੋਣ ਦੀ ਕਹਿੰਦੇ ਕੈਦ ਦੇ ਵਿੱਚ ਬੈਠੀ ਰਹੀ ਹੈ ਤੇ ਨਾਲੇ ਵਾਲੇ ਜੰਗ ਚੋਂ ਦੋਏ ਨੇ ਕਹਿੰਦੇ ਜੇਕਰ ਸੀਤਾ ਲੀਕ ਨਾ ਟੱਪਦੀ ਕਿਉਂ ਰਾਵਣ ਲੈ ਜਾਂਦਾ ਰਾਸਤੇ ਸੋੜ ਰਾਸਤੇ ਚੱਲੇ ਸੋਈ ਉਹ ਧੱਕੇ ਖਾਂਦਾ ਜਿਹੜਾ ਵੀ ਰੱਸੀ ਟੱਪ ਕੇ ਅੰਦਰ ਆਊਗਾ ਪ੍ਰਬੰਧਕਾਂ ਨੇ ਬਾਹਾਂ ਤੋਂ ਫੜ ਕੇ ਬਾਹਰ ਕੱਢ ਦੇਣਾ ਪਹਿਲਵਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਪਹਿਲਵਾਨਾਂ ਨੇ ਵੀ ਲਸਮ ਰੇਖਾ ਖਾੜੇ ਦੀ ਪਾਰ ਨਹੀਂ ਕਰਨੀ ਜਿਹੜਾ ਬਾਹਰ ਜਾ ਕੇ ਲੋਕਾਂ ਦੇ ਵਿੱਚ ਕੁਸ਼ਤੀ ਲੜਨੀ ਹੈ ਉਹ ਪਹਿਲਵਾਨ ਨੂੰ ਹਾਰਿਆ ਕਰਾਰ ਦਿੱਤਾ ਜਾਣਾ ਪਹਿਲਵਾਨ ਵੀ ਨੋਟ ਕਰੋ ਜੀ ਤੇ ਕੁਸ਼ਤੀ ਪ੍ਰੇਮੀ ਨੋਟ ਕਰੋ ਤੁਹਾਨੂੰ ਰੋਕਣ ਦਾ ਸਾਰਾ ਕੀਤਾ ਗਿਆ ਇਹ ਲਾਲ ਬੱਤੀਆਂ ਲਾਈਆਂ ਗਈਆਂ ਨੇ ਤੁਸੀਂ ਰੁਕ ਜਾਓ ਇਹਦੂ ਅੱਗੇ ਨਹੀਂ ਆਉਣਾ ਨਿਮਰਤਾ ਸਾਹਿਬ ਬੇਨਤੀ ਹੈ ਮੇਰੇ ਵੀਰਾਂ ਨੂੰ ਜਿਹੜੇ ਕੁਸ਼ਤੀ ਪ੍ਰੇਮੀ ਨੇ ਉਹਨਾਂ ਦੇ ਰੱਸੀ ਤੋਂ ਬਾਹਰ ਫੜ ਕੇ ਆਨੰਦ ਲੈਣਾ ਤੇ ਜਿਹੜੇ ਪਹਿਲਵਾਨ ਨੇ ਉਹਨਾਂ ਦੇ ਰੱਸੀ ਤੋਂ ਬਾਹਰ ਜਾ ਕੇ ਕੁਸ਼ਤੀ ਨਹੀਂ ਲੜਨੀ ਇਹ ਗੱਲ ਦਾ ਪੂਰਾ ਪੂਰਾ ਖਿਆਲ ਰੱਖਣਾ ਜੀ ਪਹਿਲਵਾਨ ਸਾਥੀਓ ਇੱਕ ਕਵੀ ਨੇ ਬਹੁਤ ਸੋਹਣਾ ਲਿਖੀ ਹੈ ਕਹਿੰਦਾ ਜਿਹੜਾ ਕਿਉਂ ਹੌਸਲਾ ਢਾਉਣਾ ਇਸ ਦੀ ਖੇਡ ਖੇਡੀ ਜਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਗਿਰਤੇ ਹੈ ਸਾਰ ਸਵਾਰ ਹੀ ਮੈਦਾਨੇ ਜੰਗ ਨੇ ਜਿੱਤੋ ਕਾਮੀ ਖੁਸ਼ ਹਾਰੋ ਕਾਮੀ ਖੁਸ਼ ਖੇਡ ਭਾਵਨਾ ਨਾਲ ਖੇਡੋ ਪਹਿਲਵਾਨੋ ਕਿਸੇ ਵੀ ਪਹਿਲਵਾਨ ਨੇ ਇੱਕ ਦੂਜੇ ਦੇ ਸੱਟ ਪੇਟ ਮਾਰਨ ਦੀ ਕੋਸ਼ਿਸ਼ ਨਹੀਂ ਕਰਨੀ ਵਧੀਆ ਤਾਲ ਪੇਚ ਵਾਲੀ ਕੁਸ਼ਤੀ ਕਰਕੇ ਦਿਖਾਓ ਜਿਹੜੇ ਕੁਸ਼ਤੀ ਪ੍ਰੇਮੀ ਨੇ ਇਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਿਹੜੀ ਜਾਣ ਬੁੱਝ ਕੇ ਸੱਟ ਮਾਰਨੀ ਮਹਾਂ ਪਾਪ ਹੈ
ਤੇ ਵਧੀਆ ਦਾਤ ਵਿੱਚ ਮਾਈ ਪੁਸ਼ਟੀ ਕਰਕੇ ਬਹੁਤ ਚਾਹੁੰਦਾ ਜਿੱਤਾਂ ਵਿੱਚੋਂ ਹਾਰਾਂ ਨਸੀਬ ਹੁੰਦੀਆਂ ਨੇ ਤੇ ਹਾਰਾਂ ਦੇ ਵਿੱਚੋਂ ਜਿੱਤਾਂ ਨਸੀਬ ਹੁੰਦੀਆਂ ਨੇ ਆਵਾਜ਼ ਆਉਣਾ ਉਲਟੀ ਲੱਗ ਪਾ ਕੇ ਪਹਿਲਵਾਨ ਨੇ ਜਿੱਤ ਪ੍ਰਾਪਤ ਕਰੀ ਹੈ ਆਖਰੀ ਪੁਸ਼ਟੀ ਵਾਲੇ ਪਹਿਲਵਾਨ ਪਹੁੰਚੋ ਇੱਕ ਰਾਜ ਪੁਸ਼ਟੀ ਜੇ ਲੈ ਤੁਹਾਡੀ ਪੁਸ਼ਟੀ ਹੈ ਨਹੀਂ ਕਰੋ ਪੁਸ਼ਟੀ ਥੋੜੇ ਹੋਰ ਪੜੇ ਉੱਥੇ ਮਿਲੇ ਸ਼ਾਬਾਸ਼ ਹਾਂਜੀ ਕੁਸ਼ਤੀ ਪ੍ਰੇਮੀਓ ਇੱਕ ਨਿਮਰਤਾ ਸਾਹਿਬ ਬੇਨਤੀ ਹੈ ਕਿ ਜੇ ਤੁਹਾਨੂੰ ਕੁਸ਼ਤੀਆਂ ਵਧੀਆ ਲੱਗ ਰਹੀ ਇੱਕ ਵਾਰ ਤਾੜੀ ਮਾਰ ਦਿਓ ਸਾਰੇ ਕੁਸ਼ਤੀ ਪ੍ਰੇਮੀਆਂ ਨੂੰ ਵਾਹਿਗੁਰੂ ਤੁਹਾਡੇ ਹੱਥਾਂ ਵਿੱਚ ਬਰਕਤ ਪਾਵੇ ਲੰਮੀ ਉਮਰਾਂ ਬਖਸ਼ੇ ਜੋ ਕਿ ਤੁਸੀਂ ਇਹਨਾਂ ਪਹਿਲਵਾਨਾਂ ਦੇ ਹੌਸਲਾ ਵਧਾਈ ਲਈ ਤਾੜੀ ਦਾ ਮਾਣ ਦਿੱਤਾ ਕਿਉਂਕਿ ਜਿਹੜੀ ਤਾੜੀ ਹੈ ਪਹਿਲਵਾਨਾਂ ਦੇ ਲਈ ਘਿਓ ਦਾ ਕੰਮ ਕਰਦੀ ਹੈ ਇਹਨਾਂ ਦਾ ਮਾਣ ਖੁਸ਼ ਹੋ ਜਾਂਦਾ ਹੈ ਵੀ ਜਿਹੜੇ ਲੱਖਾਂ ਸੱਚੇ ਰਾਸਤੇ ਨੇ ਕੁਸ਼ਤੀ ਦੇ ਉਹ ਸਾਡੀ ਕੁਸ਼ਤੀ ਬੜੇ ਪਿਆਰ ਨਾਲ ਦੇਖ ਰਹੇ ਨੇ ਧੰਨਵਾਦ ਕੀਤਾ ਜਾਂਦਾ ਹੈ ਦਸ ਕਵੀਆਂ ਦਾ ਜਿਹੜੇ ਬੜੇ ਸਰਧਾ ਤੇ ਭਾਵਨਾ ਨਾਲ ਬੈਠ ਕੇ ਕੁਸ਼ਤੀ ਦੰਗ ਦਾ ਆਨੰਦ ਮਾਣ ਰਹੇ ਨੇ ਕਿਉਂਕਿ ਦੁਆਪਰ ਯੁੱਗ ਦੇ ਅਵਤਾਰ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਨੂੰ ਉਹਨਾਂ ਦੇ ਭਗਤਾਂ ਨੇ ਇਹ ਵਚਨ ਕੀਤਾ ਸੀ ਕਿ ਇਹ ਮਹਾਰਾਜ ਜੀ ਕਲਯੁੱਗ ਦੇ ਵਿੱਚ ਆਉਣਾ ਸਾਡੇ ਤੁਹਾਡੇ ਕਿਹੜੇ ਦਰਸ਼ਨ ਹੋਣਗੇ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਕਲਯੁੱਗ ਦੇ ਸਾਡੇ ਤਿੰਨ ਰੂਪ ਹੀ ਦਰਸ਼ਨ ਕਰ ਸਕਦੇ ਹੋ ਜਦੋਂ ਲਾੜਾ ਸ਼ੇਰੇ ਬਣ ਕੇ ਜਨ ਚੜਦਾ ਹੋਵੇ ਉਹ ਦਰਸ਼ਨ ਕਰ ਲਿਓ ਉਹਦੇ ਵਿੱਚ ਮੇਰਾ ਰੂਪ ਹੋਊਗਾ ਜਦੋਂ ਕੁਸ਼ਤੀ ਪ੍ਰੇਮੀਓ ਗਊਆਂ ਦੇ ਬਾਗ ਦੇ ਵਿੱਚ ਇਕੱਠਾ ਜਾਂਦਾ ਹੋਵੇ ਉਹਦੇ ਤੁਸੀਂ ਦਰਸ਼ਨ ਕਰ ਲਿਓ ਉਹਦੇ ਵਿੱਚ ਮੇਰਾ ਰੂਪ ਹੋਊਗਾ ਆਹ ਖਾੜੇ ਦੇ ਵਿੱਚ ਪਹਿਲਵਾਨ ਜਗੋਟਾ ਪਾ ਕੇ ਕੁਸ਼ਤੀ ਕਰਦਾ ਹੋਵੇ ਉਹਦੇ ਤੁਸੀਂ ਦਰਸ਼ਨ ਕਰ ਲਓ ਉਹਦੇ ਵਿੱਚ ਮੇਰਾ ਰੂਪ ਹੋਊਗਾ ਦੁਆਪਰ ਯੁੱਗ ਦੇ ਅਵਤਾਰ ਸ੍ਰੀ ਕ੍ਰਿਸ਼ਨ ਮਹਾਰਾਜ ਦੇ ਵਚਨ ਅਨੁਸਾਰ ਅੱਜ ਤੁਸੀਂ ਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹੋ ਇਹ ਨਗੋਟਾ ਪਾ ਕੇ ਜੋੜੇ ਜੁੜ ਕਰ ਰਹੇ ਨੇ ਰਣ ਭੂਮੀ ਦਾ ਮੈਦਾਨ ਹੈ ਕੁਸ਼ਤੀ ਪ੍ਰੇਮੀ ਜਿਹੜੇ ਰਣ ਭੂਮੀ ਦੀ ਨੀਤੀ ਹੈ ਜਿਹੜਾ ਵੀ ਜੋਧਾ ਕਹਿੰਦੇ ਯੁੱਧ ਕਰਨ ਲਈ ਖਾੜੇ ਪਾਸਾ ਵਿੱਚ ਆਵੇ ਜਿਹੜੀ ਖਾੜੇ ਦੀ ਲੈਣ ਹੈ ਸੱਜਾ ਪੈਰ ਕਹਿੰਦੇ ਉਹਨੂੰ ਪਹਿਲਾਂ ਧਰਨਾ ਚਾਹੀਦਾ ਜਦੋਂ ਕੁਸ਼ਤੀ ਯੁੱਧ ਕਰਕੇ ਬਾਹਰ ਨਿਕਲੇ ਉਦੋਂ ਖੱਬਾ ਪੈਰ ਕਹਿੰਦੇ ਬਾਹਰ ਧਰਨਾ ਚਾਹੀਦਾ ਇਹ ਰਣ ਭੂਮੀ ਦਾ ਮੈਦਾਨ ਦੀ ਜਿਹੜੀ ਇਹ ਰਣਨੀਤੀ ਹੈ ਤੇ ਉਹ ਪਹਿਲਵਾਨ ਦੀ ਜਦੋਂ ਜ਼ਿਆਦਾ ਆਉਂਦੀ ਹੈ ਇਹ ਗੁਰੂਆਂ ਪੀਰਾਂ ਨੂੰ ਧਿਆ ਕੇ ਕੁਸ਼ਤੀਆਂ ਕਰੀਆਂ ਜਾਂਦੀਆਂ ਨੇ ਬਹੁਤ ਵਧੀਆ ਕੁਸ਼ਤੀ ਤੇ ਕੀ ਵਧੀਆ ਬਹੁਤ ਨਾਨਕ ਜਹੇ ਹੋਏ ਪੂਰੇ ਪੀਰਵੀ ਨੇ ਚਿਸ਼ਤੀ ਸ਼ਾਹ ਹੁਸੈਨ ਗੁਰਦਾਸ ਸੱਜੂ ਕਾਨੇ ਭਗਤ ਜਹੇ ਹੋਏ ਫਕੀਰਵੀ ਨੇ ਰਾਮ ਤੀਰਥ ਦੀ ਮਸਜਿਦ ਮਸਤ ਹੋਏ ਅਰਜਨ ਜਹੇ ਗੁਰੂ ਕਹਿਰ ਕਬੀਰ ਵੀ ਨੇ ਤਨਗੀ ਧਰਤੇ ਸੇਰੇ ਪੰਜਾਬੀ ਨੇ ਨਨੂਏ ਪੱਟੀ ਵਰਗੇ ਮਰਦ ਵੀਰ ਵੀ ਨੇ ਜਲਨ ਜੱਟ ਸਾ ਫਜ਼ਲ ਤੇ ਸਾ ਵਾਰਸ ਬੁੱਲੇ ਜਹੇ ਹਨ ਜਾਦੂ ਬਿਆਨ ਜਿਸ ਦੇ ਕਿਉਂ ਨਾ ਇਸ ਪੰਜਾਬ ਤੇ ਫਦਰ ਕਰੀਏ ਕਿੱਕਰ ਸਿੰਘ ਗੁਲਾਮ ਭਰਵਾਨ ਜਿਸ ਦੇ ਕਿਉਂ ਨਾ ਇਸ ਪੰਜਾਬ ਤੇ ਫਦਰ ਕਰੀਏ ਕਿੱਕਰ ਸਿੰਘ ਗੁਲਾਮ ਭਰਵਾਨ ਜਿਸ ਦੇ ਅਮਰਜੀਤ ਮੁਕੰਦਪੁਰ ਅਟਕਲਾ ਕਰ ਰਹੀ ਲਓ ਜੀ ਨੀਲੇ ਪੀਲੇ ਰੋਡ ਤੇ ਅਮਰਜੀਤ ਜਸਪਾਲ ਪਹਿਲਵਾਨ ਜੀ ਚੌੜਾ ਕਾਲੇ ਰੋਡ ਦੇ ਵਿੱਚ ਦੋਨਾਂ ਪਹਿਲਵਾਨਾਂ ਦੇ ਵਿਚਕਾਰ ਕੁਸ਼ਤੀ ਸ਼ੁਰੂ ਜੀ ਓਕੇ
ਹਾਂਜੀ ਕੁਸ਼ਤੀ ਫਰੇਮਵਰਕ ਮੈਂ ਤੁਹਾਨੂੰ ਦੱਸਦੇ ਹਾਂ, ਜਿਹੜਾ ਹੁਣ ਬਾਰ ਬਾਰ ਕੁਸ਼ਤੀ ਜਿੱਤ ਕੇ ਜੇ ਇਹ ਮੁੱਖ ਤੋਂ ਗੁੰਗਾ ਵੀ ਇਹ ਗੁੰਗਾ ਬੁੱਧ ਸਿੰਘ ਪਹਿਲਵਾਨ ਧਲੇਤੇ ਦੇ ਕੋਲੇ ਜ਼ੋਰ ਕਰਦਾ, ਇੱਕ ਗੁੰਗਾ ਪਹਿਲਵਾਨ ਬਘੇਲ ਸਿੰਘ ਲੜੀਆਂ ਦੇ ਕੋਲੇ ਵੀ ਗੁੰਗਾ ਪਹਿਲਵਾਨ ਹੈ, ਇੱਕ ਪਟਿਆਲਾ ਅਕੈਡਮੀ ਦੇ ਵਿੱਚ ਵੀ ਪਹਿਲਵਾਨ ਗੁੰਗਾ, ਇੱਕ ਫਰੋਲ ਦੀ ਉਰਫ ਗੁੰਗਾ ਝਾਰੇ ਵਾਲਾ ਹੋਇਆ, ਲਾਹੌਰ ਤੋਂ 2 ਕਿਲੋਮੀਟਰ ਨਗਰ ਝਾਰਾ, ਉਹਦੇ ਪਿਤਾ ਜੀ ਦਾਮੂ ਪਹਿਲਵਾਨ ਜੀ ਤੇ ਉਹਦੇ ਦਾਦਾ ਬਾਲੀ ਪਹਿਲਵਾਨ ਜੀ ਰਾਜਾ ਮਹਾਰਾਜਾ ਦੇ ਵੱਡੇ ਪਹਿਲਵਾਨ ਹੋਏ ਨੇ ਤੇ ਉਹਨਾਂ ਨੇ ਰੁਸਤਮਤ ਭਾਰਤ ਕੇਸਰੀ ਦੇ ਖਿਤਾਬ ਦਿੱਤੇ ਨੇ। ਜਿਹੜਾ ਗੁੰਗਾ ਪਹਿਲਵਾਨ ਹੈ ਉਹਨੂੰ ਵੀ ਮਹਾਬਲੀ ਦਾ ਖਿਤਾਬ ਦਿੱਤਾ, ਉਹ ਵੀ ਸਭ ਤੋਂ ਵੱਡਾ ਸਰੋਮਣੀ ਪਹਿਲਵਾਨ ਹੋਇਆ ਗੁੰਗਾ ਪਹਿਲਵਾਨ ਜੀ ਝਾਰੇ ਵਾਲਾ, ਤੇ ਲਾਹੌਰ ਤੋਂ 2 ਕਿਲੋਮੀਟਰ ਤੇ ਗੁੰਗਾ ਪਹਿਲਵਾਨ ਬਹੁਤ ਵੱਡਾ ਪਹਿਲਵਾਨ ਹੋਇਆ ਜੀ। ਹਾਂਜੀ ਉੱਥੇ ਉਹ ਤੋਂ ਪਹਿਲਾਂ ਕਰੋ ਜੀ, ਹੈਲੋ ਪਹਿਲਾਂ ਕਰੋ ਮੈਂ ਜੀ ਚੁੱਪ ਹੋ ਜਾਣਾ। ਇੱਕ ਮਿੰਟ, 500 ਰੁਪਈਆ ਸਾਧਪੁਰ ਨਿਵਾਸੀ ਸੁਖਵਿੰਦਰ ਸਿੰਘ ਜੋ ਨਵਾਂ ਸ਼ਹਿਰ ਰਹਿੰਦੇ ਨੇ ਉਹਨਾਂ ਨੇ 500 ਰੁਪਈਆ ਦਾ ਭੇਜਿਆ ਜੀ। ਸੁਰਜੀਤ ਸਿੰਘ ਪਿੰਡ ਗੋਸਾ ਲੋਹੀਆਂ ਵਾਲੇ 1100 ਰੁਪਈਆ ਉਹਨਾਂ ਕੋਲੋਂ ਆਇਆ ਜੀ। ਹਾਂਜੀ ਇੱਕ ਲੜਕੀ ਰਾਜਵਿੰਦਰ ਕੌਰ ਜੋਗਿਆ ਦੇ ਪਰਿਵਾਰ ਬਾਣੀ ਦੀ ਲੜਕੀ 1100 ਰੁਪਏ ਰਿਆਣਾ ਜੱਟਾਂ ਤੋਂ ਭੇਜਦੇ ਆ ਜੀ। ਬਹੁਤ ਬਹੁਤ ਧੰਨਵਾਦ ਜੀ। ਬਸ ਜੀ ਬਸ ਦਾਨੀ ਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਕਿਉਂਕਿ ਕੁਸ਼ਤੀ ਪ੍ਰੇਮੀਓ ਬਾਰੇ ਸ਼ਾਹ ਨੇ ਲਿਖਿਆ ਕਹਿੰਦਾ ਬਾਰੇ ਸ਼ਾਹ ਹੱਥਾਂ ਜਾਂਦੀਆਂ ਨੀ ਭਾਵੇਂ ਕੱਟੀਏ ਪੋੜੀਆਂ ਪੋੜੀਆਂ ਜੀ। ਕਹਿੰਦੇ 3 ਬੰਦੇ ਆਪਦੀ ਆਦਤ ਤੋਂ ਮਜ਼ਬੂਤ ਨੇ, ਸੱਚਾ ਸੱਚਾਈ ਤੇ ਦਾਨੀ ਦਾਨ ਤੇ ਜਾਣੋ ਜੁੜ ਕੇ। ਜਿਹੜਾ ਬੰਦਾ ਸੱਚੀ ਗੱਲ ਕਹਿਣ ਵਾਲਾ ਹੈ ਉਹਨੇ ਸੱਚੀ ਗੱਲ ਕਹਿ ਦੇਣੀ ਹੈ, ਚਾਹੇ ਗਿੱਟੇ ਲੱਗੇ ਗੋਡੇ ਲੱਗੇ ਮੋਢੇ ਲੱਗੇ। ਜਿਹੜਾ ਹੱਥਾਂ ਦਾ ਸੱਚੀ ਹੈ ਦਾਨੀ ਹੈ ਪਟਿਆਲੇ ਵਾਲੇ ਰਾਜੇ ਵਾਂਗੂ ਤੇ ਰਾਜੇ ਕਰਨ ਵਾਂਗੂ ਉਹਨੇ ਆਪਣਾ ਦਾਨ ਕਰ ਦੇਣਾ ਹੈ। ਜਿੱਥੇ ਉਹਨੂੰ ਪਤਾ ਵੀ ਮੇਰਾ ਦਾਨ ਖਲੀ ਭੂਤ ਹੈ ਉੱਥੇ ਉਹਨੇ ਆਪਣਾ ਦਾਨ ਕਰ ਦੇਣਾ। ਵਾਰਡ ਦੀ ਦੁਨੀਆ ਦੀ ਕੋਈ ਸ਼ਕਤੀ ਨੂੰ ਰੋਕਣ ਨਹੀਂ ਵਾਲੀ ਜੀ। ਇੱਕ ਜਾਲਮ ਜ਼ਰੂਰ ਤੇ ਕਹਿੰਦਾ ਜਿਹੜਾ ਜਾਲਮ ਹੋਗਾ ਪਾਪੀ ਬੰਦਾ ਹੈ ਉਹਨੇ ਪਾਪ ਕਰ ਹੀ ਦੇਣਾ। ਸਾਡੇ ਸੰਸਾਰ ਦੇ ਵਿੱਚ ਬੜੇ ਜਾਲਮ ਬੰਦੇ ਆਏ ਨੇ। ਇਸ ਸੰਸਾਰ ਦੇ ਵਿੱਚ ਹਿਟਲਰ ਆਇਆ, ਹਿਟਲਰ ਨੇ 2.5 ਕਰੋੜ ਬੰਦੇ ਦਾ ਕਤਲ ਕੀਤਾ। ਇਸ ਸੰਸਾਰ ਦੇ ਵਿੱਚ ਹਲਾਕੂ ਆਇਆ, ਕਹਿੰਦੇ ਹਲਾਕੂ ਬਸਤੀਆਂ ਦੀਆਂ ਬਸਤੀਆਂ ਜਾੜ ਕੇ ਤੇ ਉੱਤੇ ਘੋੜੇ ਭਜਾਇਆ ਕਰਦਾ ਸੀ ਲਾਸ਼ਾਂ ਦੇ ਉੱਤੇ, ਉੱਤੇ ਖੜ ਕੇ ਹੇੜ ਕਰਕੇ ਹੱਸਿਆ ਕਰਦਾ ਸੀ। ਇਸ ਸੰਸਾਰ ਦੇ ਵਿੱਚ ਮੌਸੇ ਤੁੰਗ ਆਇਆ, ਮੌਸੇ ਤੁੰਗ ਨੇ 3 ਕਰੋੜ ਬੰਦਾ ਮਾਰ ਕੇ 3 ਕਰੋੜ ਬੰਦਾ ਜਾੜ ਕੇ ਚਾਈਨਾ ਦੇ ਵਿੱਚ ਕ੍ਰਾਂਤੀ ਲਿਆਂਦੀ ਹੈ। ਇਸ ਤਰ੍ਹਾਂ ਹੀ ਗ੍ਰੰਥਾਂ ਦੇ ਵਿੱਚ ਲਿਖਿਆ ਕਿ 3 ਬੰਦੇ ਆਪਦੀ ਆਦਤ ਤੋਂ ਮਜ਼ਬੂਰ ਨੇ, ਸੱਚਾ ਸੱਚਾਈ ਤੇ ਦਾਨੀ ਦਾਨ ਤੇ ਚੱਲ ਮਜ਼ਬੂਰ ਤੇ। ਇਹ ਜਿਹੜੇ ਮੇਰੇ ਵੀਰ ਦਾਨੀ ਨੇ ਇਹਨਾਂ ਨੇ ਦਾਨ ਕਰਨਾ ਹੀ ਹੈ, ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਅਸੀਂ ਇਹਨਾਂ ਦਾਨੀ ਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਕਿ ਆਪਣੀ ਨੇਕ ਕਮਾਈ ਸਫਲੀ ਕਰਦੇ ਹੋਏ ਇਸ ਮਹਾਂਕੁਸ਼ਤੀ ਕੁੰਭ ਦੇ ਵਿੱਚ ਆਪਾਂ ਬਣ ਦਾ ਜੋਰਦਾਰ ਪਾ ਰਹੇ ਨੇ ਜੀ। ਲਓ ਜੀ 130 ਨੰਬਰ ਪਰਚੀ ਪਿੰਡਾਂ ਵਾੜੋਵਾਲ ਮੱਠਾ ਮੱਠਾ ਵਜਾ ਲਿਆ ਕਰੋ, ਕੋਈ ਥੋੜ੍ਹਾ ਥੋੜ੍ਹਾ ਮੱਠਾ ਵਜਾ ਲਿਆ ਪਿੰਡਾਂ ਵਾੜੋਵਾਲ ਬਾਬੀ ਬਾ ਢੋਲੀ ਬਹੁਤ ਵਧੀਆ ਵੀ ਅੱਜ ਆਪਣਾ ਤਾਲਮੇਲ ਬਣ ਗਿਆ। ਪਿੰਡਾਂ ਪਹਿਲਵਾਨ ਵਾੜੋਵਾਲ ਵੀ 130 ਨੰਬਰ ਪਰਚੀ ਵਾਲਾ ਪਹਿਲਵਾਨ ਪਹੁੰਚੋ ਵੀ 130 ਨੰਬਰ ਪਰਚੀ ਵਾਲਾ ਮੇਰੇ ਕੋਲ ਮੁੰਡਾ ਪਹੁੰਚ ਗਿਆ ਪਿੰਡਾਂ ਵਾੜੋਵਾਲ ਤੇ ਇਹਦੇ ਨਾਲ ਦਾ ਪਹਿਲਵਾਨ ਪਹੁੰਚੋ ਵੀ। ਲਓ ਜੀ ਚੜ੍ਹਦੀ ਵਿਦੇਸ਼ ਦੇ ਪਹਿਲਵਾਨ ਨੇ
ਭਵਿੱਖ ਦੇ ਵਿੱਚ ਇਹਨਾਂ ਪਹਿਲਵਾਨਾਂ ਤੇ ਸਾਨੂੰ ਬੜੀਆਂ ਆਸਾਂ ਨੇ। ਲਵਦੀਪ ਪਹਿਲਵਾਨ ਸੇਵਾੜੀ ਇਹ ਵਿਜੇ ਪਹਿਲਵਾਨ ਜੀ ਬੱਚੇ ਨੇ, ਬਹੁਤ ਵਧੀਆ ਪ੍ਰਵਾਨੀ ਕੀਤੀ, ਅੱਜ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਨੇ। ਇਹ ਸਿਖਾਲੇਗੀ ਕਈ ਵੱਡੇ ਪ੍ਰਦੇਸ਼ ਪ੍ਰਦੇਸ਼ ਨੇ ਪਹਿਲਵਾਨ, ਜਿਵੇਂ ਸਮੀ ਪਹਿਲਵਾਨ ਨੇ ਸਾਊਥ ਅਫਰੀਕਾ ਦੇ ਵਿੱਚ ਜਾ ਕੇ WWE ਕੁਸ਼ਤੀ ਵਾਲੇ ਵਿੱਚ ਸਾਡੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਹੋਰ ਵੀ ਵਧੀਆ ਮੁੰਡੇ ਤੇ 30-40 ਮੁੰਡੇ ਟ੍ਰੇਨਿੰਗ ਲੈ ਰਹੇ ਨੇ। ਇਹ ਵੀ ਸੇਵਾੜੀ ਖਾੜੀ ਦਾ ਪਹਿਲਵਾਨ ਹੈ, ਚਾਹੇ ਕੁਸ਼ਤੀ ਕਰਦਾ ਹੋਇਆ, ਦੇਖੋ ਕਿਹੜਾ ਪਹਿਲਵਾਨ ਕੀ ਚੀਜ਼ ਦੇ ਪੂਰਾ ਕਰਦੇ। ਜਿਹੜਾ ਕੇਤਰ ਸਿੰਘ ਪਹਿਲਵਾਨ ਸੀ ਉਸਦੇ ਵਿੱਚ 7.5 ਮਣ ਵਜਨ ਸੀ, ਭਾਵ 3 ਕੁਇੰਟਲ ਵਜਨ ਸੀ, 7 ਫੁੱਟ ਕੱਦ ਸੀ ਕੇਤਰ ਸਿੰਘ ਪਹਿਲਵਾਨ ਦਾ। ਸਾਡੇ ਕੁਸ਼ਤੀ ਪ੍ਰੇਮੀਆਂ ਨੇ, ਇਤਿਹਾਸਕਾਰਾਂ ਨੇ ਕੇਤਰ ਸਿੰਘ ਪਹਿਲਵਾਨ ਨੂੰ ਮਹਾਂਬਲੀ ਦਾ ਖਿਤਾਬ ਦਿੱਤਾ। ਮਾਣ ਕਰਨਾ ਚਾਹੀਦਾ ਸਾਨੂੰ ਮਹਾਂਬਲੀ ਕੇਤਰ ਸਿੰਘ ਪਹਿਲਵਾਨ ਦੇ ਉੱਤੇ, ਜੋ ਕਿ ਸਾਡੇ ਇਸ ਪੰਜਾਬ ਦੀ ਧਰਤੀ ਦੇ ਉੱਤੇ ਪੈਦਾ ਹੋਏ ਨੇ। ਇਸ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਵੱਡੇ ਵੱਡੇ ਰੁਸਤਮ ਭਾਰਤ ਕੇਸਰੀ ਪਹਿਲਵਾਨ ਪੈਦਾ ਹੋਏ ਨੇ। ਜੋ ਤੁਸੀਂ ਕੁਸ਼ਤੀ ਦੇਖ ਰਹੇ ਹੋ, ਇਸ ਦੰਗਲ ਦੇ ਵਿੱਚ ਕਈ ਰੁਸਤਮ ਪਹਿਲਵਾਨ ਅੱਜ ਆਪਣੀ ਹਾਜ਼ਰੀ ਲਵਾਉਣ ਲਈ ਪਹੁੰਚ ਰਹੇ ਨੇ ਤੇ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਏ ਜਾਣਗੇ। ਇੱਕ ਹੋਰ ਪ੍ਰੇਮੀ ਜੀ ਰਘਵੀਰ ਸਿੰਘ ਡੋਟੀਆ ਜੀ, ਸਾਡੇ ਵਾਸ ਸ੍ਰੀ ਚਰਨਜੀਤ ਰਾਜ ਜੀ 1100 ਰੁਪਈਆ ਸਾਨੂੰ ਦਾਨ ਭੇਜਦੇ ਨੇ ਇਸ ਚੈਕ ਕਮੇਟੀ ਨੂੰ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਕੁੜੀਆਂ ਚੱਲੀਆਂ ਹੋਈਆਂ। ਇੱਕ ਕਵੀ ਨੇ ਬਹੁਤ ਸੋਹਣਾ ਲਿਖੇ, ਕਹਿੰਦਾ ਮਨ ਵੀ ਹੁੰਦੇ ਸਾਧਾਂ ਵਰਗੇ, ਸੁਣ ਲਓ ਰਾਮ ਧਾਨ, ਮਾਂ ਦੇ ਦੁੱਧ ਨੂੰ ਲਾਜ ਨਾ ਲਾਉਂਦੇ, ਰੱਖਦੇ ਸਾਂਭ ਜਵਾਨੀ, ਮਿੱਟੀ ਖਾੜੇ ਦੀ ਨਾਉਣ ਮੱਥੇ ਤੇ ਮਾਂ ਧਰਤੀ ਹੀ ਜਾਨੀ, ਗੁਰੂ ਰੱਬ ਨੂੰ ਚੇਤੇ ਰੱਖਦੇ, ਮਨ ਵਿੱਚ ਨਹੀਂ ਸ਼ਤਾਨੀ, ਜਿਹੜਾ ਲਗੋਟਦਾ ਹੋਵੇ ਪੱਤਾ, ਉਹਦੀ ਲੱਗਦੀ ਸਿਰੇ ਕਹਾਣੀ, ਦੁਨੀਆ ਯਾਦ ਕਰੇ ਜੋ ਕਰਕੇ ਭਲਵਾਨੀ, ਦੁਨੀਆ ਯਾਦ ਕਰੇ ਜੋ ਕਰਕੇ ਭਲਵਾਨੀ। ਸਾਡੇ ਇਸ ਪੰਜਾਬ ਦੀ ਧਰਤੀ ਉੱਤੇ ਗਾਮਾ ਪਹਿਲਵਾਨ ਜੀ, ਇਮਾਮ ਬਸ ਪਹਿਲਵਾਨ ਜੀ, ਗੁਲਾਮ ਪਹਿਲਵਾਨ ਜੀ, ਕੱਲੂ ਪਹਿਲਵਾਨ ਜੀ, ਰੀਹ ਪਹਿਲਵਾਨ ਗੁਜਰਾ ਵਾਲਾ ਤੇ ਕੇਤਰ ਸਿੰਘ ਪਹਿਲਵਾਨ ਜੀ, ਸਦੀਕਾ ਗਿਲਗੂ ਪਹਿਲਵਾਨ, ਗੁਲਾਮ ਮੋਹਦੀਨ ਵਰਗੇ ਪਹਿਲਵਾਨ ਸੰਸਾਰ ਦੇ ਵਿੱਚ ਆ ਕੇ ਚਲੇ ਗਏ ਨੇ। ਅੱਜ ਤੱਕ ਕੁਸ਼ਤੀ ਪ੍ਰੇਮੀਆਂ ਦੇ ਦਿਲਾਂ ਦੇ ਦਿਮਾਗ ਦੇ ਉੱਤੇ ਰਾਜ ਕਰਦੇ ਨੇ। ਦੁਨੀਆ ਯਾਦ ਕਰੇ ਓਏ ਜੋ ਕਰਕੇ ਭਲਵਾਨੀ, ਦੁਨੀਆ ਯਾਦ ਕਰੇ ਜੋ ਕਰਕੇ ਭਲਵਾਨੀ। ਲਓ ਜੀ ਬੱਲੀ ਪਹਿਲਵਾਨ ਰੈਪੁਰ ਡੱਬਾ ਹੱਥ ਖੜਾ ਕਰਦੇ ਵੀ ਜਵਾਨਾ, ਲਓ ਜੀ ਬੱਲੀ ਪਹਿਲਵਾਨ ਰੈਪੁਰ ਡੱਬਾ ਘਗਰਾਣੇ ਵਿਖੇ ਜ਼ੋਰ ਕਰਦਾ ਰਿਹਾ। ਟਿੰਕੂ ਪਹਿਲਵਾਨ ਭੂਆ ਤਮੜੀ ਪਰਚੀ ਲੈ ਲਓ ਮੇਰੇ ਕੋਲ ਪਹਿਲਵਾਨੋ, ਤੇ ਜਦੋਂ ਵੀ ਰੈਫਰੀ ਵਿਹਲਾ ਹੋ ਗਿਆ ਉਹ ਤੋਂ ਤੁਸੀਂ ਨੇ ਕੁਸ਼ਤੀ ਸ਼ੁਰੂ ਕਰ ਲੈਣੀ।
ਵਾਹ ਜੀ ਵਾਹ, ਬਹੁਤ ਵਧੀਆ। ਦੇਖੋ ਆਹ ਜਿਹੜੀ ਧਰਤੀ ਹੈ, ਇਹ ਧਰਤੀ ਦਾ ਟੋਕਣਾ ਦੂਜੀ ਧਰਤੀ ਨੂੰ ਫਖਰ ਮਹਿਸੂਸ ਕਰ ਰਿਹਾ ਜੀ, ਕਿਉਂਕਿ ਇਹਦੇ ਜੋਧਿਆਂ ਦਾ ਯੁੱਧ ਹੋ ਰਿਹਾ। ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ। ਕਹਿੰਦਾ ਭਾਰਤਾਂ ਵਾਲੀ ਧਰਤੀ ਪੈਦਾ ਕਰਦੀ ਮੱਲਾਂ ਨੂੰ, ਬੜੇ ਸੌਖ ਨਾਲ ਸੁਣਦੇ ਲੋਕ ਮੱਲਾਂ ਦੀਆਂ ਗੱਲਾਂ ਨੂੰ, ਦੂਰੋਂ ਦੂਰੋਂ ਲੋਕੀ ਭੋਲਾ ਨੂੰ ਵੇਖਣੇ ਆਉਂਦੇ ਹੈ, ਪਹਿਲਵਾਨ ਬਲਵਾਨ ਜੋੜ ਦੇ ਜੌਹਰ ਦਿਖਾਉਂਦੇ ਹੈ, ਪਹਿਲਵਾਨ ਬਲਵਾਨ ਜੋੜ ਦੇ ਜੌਹਰ ਦਿਖਾਉਂਦੇ ਹੈ, ਜਤੀ ਸਤੀ ਸੰਤੋਖੀ ਰੱਖਦੇ ਲਾਜ ਲਗੋਟੇ ਦੀ, ਮਾਰ ਕੇ ਮੁੱਕੀ ਏਤਾ ਬੂਥ ਲਗਾਉਂਦੇ ਝੋਟੇ ਦੀ, ਸੁੰਡੋ ਫੜ ਕੇ ਹਾਥੀ ਵਿੱਚ ਸਨਮਾਨ ਚਲਾਉਂਦੇ ਹੈ, ਪਹਿਲਵਾਨ ਬਲਵਾਨ ਜੋੜ ਦੇ ਜੌਹਰ ਦਿਖਾਉਂਦੇ ਹੈ, ਪਹਿਲਵਾਨ ਬਲਵਾਨ ਜੋੜ ਦੇ ਜੌਹਰ ਦਿਖਾਉਂਦੇ ਹੈ। ਬਿੱਟੂ ਪਹਿਲਵਾਨ ਚੌੜਾ ਅਗਲਾ ਕਰੀ ਤੇ ਬਿੱਟੂ ਪਹਿਲਵਾਨ ਬਹਾਦਰਪੁਰ ਆ ਬੱਲੇ ਇਹ ਬਿੱਟੂ ਪਹਿਲਵਾਨ।